الحمد لله نحمده ونستعينه ونستغفره ونؤمن به ونتوكل عليه ونعوذ بالله من شرور أنفسنا ومن سيئات أعمالنا من يهده الله فلا مضل له ومن يضلله فلا هادي له ونشهد أن لا إله إلا الله وحده لا شريك له ونشهد أن سيدنا ومولانا محمدا عبده ورسوله أما بعد فأعوذ بالله من الشيطان الرجيم بسم الله الرحمن الرحيم إن الذين آمنوا وعملوا الصالحات وأخبتوا إلى ربهم أولئك أصحاب الجنة هم فيها قال الله تبارك وتعالى في شأن حبيبه إن الله وملائكته يصلون على النبي يا أيها الذين آمنوا صلوا عليه وسلموا تسليما حصول برکت واسطے ایک دو تین مرتبہ درود پاک پڑھی ہے صلاۃ و سلام علیک یا عشق سچا نصیب گے عشق سچا نصیب گے عاشقاں دا عاشق عشق سرور نال سجدائے سولی چڑھ جانا بید کھلنا نا تختہ دار منصور نال سجدائے رات سجدیے نال تاریاں دے دن سورج دے نور نال سجدائے قسم رب دی سچ نشان آنکھاں
ਸਾਰਾ ਜੱਗ ਹਜ਼ੂਰ ਨਾਲ ਸਜਦਾ ਕਸਮ ਰੱਬ ਦੀ ਸੱਚ ਨਿਸ਼ਾਨ ਆਖਾ ਸਾਰਾ ਜੱਗ ਹਜ਼ੂਰ ਨਾਲ ਸਜਦਾ ਅੱਲਾ ਤਾਲਾ ਦੀ ਹਮਦੋ ਸਨਾ ਤੋਂ ਬਾਅਦ ਲਾ ਮਹਦੂਦ ਦਰੂਦ ਪਾਕ ਸਾਹਿਬ ਔਲਾਦ ਸੈਯਦੁਲ ਅੰਬੀਆ ਸ਼ਬੇ ਅਸਰਾ ਦੇ ਧੂਲਾ ਮਾਲਕ ਹਰ ਦੂਸਰਾ ਸਰਫਰੀ ਕਾਇਨਾਤ ਫਖਰ ਮੌਜੂਦਾਤ ਜਨਾਬੇ ਅਹਿਮਦ ਮੁਸ਼ਤਬਾ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਦੀ ਬਾਰਗਹ ਆਲੀਆ ਦਰੂਦੋ ਸਲਾਮ ਦਾ ਨਜ਼ਰਾਨਾ ਪੇਸ਼ ਕਰਨ ਤੋਂ ਬਾਅਦ ਸਦਰ ਸੀ ਵਕਾਰ ਗੁਲਸ਼ਨੇ ਸਾਦਾਤ ਕੀ ਬਹਾਰ ਪੀਰੇ ਤਰੀਕਤ ਰਹਿਬਰੇ ਸ਼ਰੀਅਤ ਖਾਨਵਾਦਾ ਮੁਸਤਫਾ ਦੇ ਚਸ਼ਮੋ ਚਰਾਗ ਹਜ਼ਰਤ ਸਾਹਿਬਜ਼ਾਦਾ ਪੀਰ ਸੈਯਦ ਤਜੰਮਲ ਹੁਸੈਨ ਸ਼ਾਹ ਸਾਹਿਬ ਗਿਲਾਨੀ ਦਾਮਤ ਬਰਕਾਤ ਮੁਲਾਲੀਆ ਸਾਹਿਬਜ਼ਾਦਾ ਵਾਲਾ ਮਰਤਬਤ ਜਨਾਬ ਪੀਰ ਸੈਯਦ ਇਬਰਾਰ ਹੁਸੈਨ ਸ਼ਾਹ ਸਾਹਿਬ ਗਿਲਾਨੀ ਫਾਜ਼ਲ ਮੁਹਤਸ਼ਮ ਹਜ਼ਰਤ ਅਲਾਮਾ ਮੌਲਾਨਾ ਮੁਹੰਮਦ ਅਵੈਸ ਅਵੈਸੀ ਸਾਹਿਬ ਔਰ ਬਿਲਖਸੂਸ ਮੁਹਤਰਮੀ ਵ ਮੁਕਰਮੀ ਜਨਾਬ ਚੌਧਰੀ ਮੁਹੰਮਦ ਨਜ਼ਰ ਅਲ ਮਾਰੂਫ ਜੱਜਾ ਸਾਹਿਬ ਜਨਾਬ ਚੌਧਰੀ ਮੁਹੰਮਦ ਮੁਨੱਵਰ ਚੱਠਾ ਸਾਹਿਬ ਔਰ ਜਨਾਬ ਮਲਕ ਮੁਨੀਰ ਸਾਹਿਬ ਅਜ਼ੀਜ਼ੁਲ ਕਦਰ ਜਨਾਬ ਮੁਹੰਮਦ ਅਤਰ ਹੁਸੈਨ ਚੀਮਾ ਸਾਹਿਬ ਜਨਾਬ ਅਨਸਰ ਵੜਾਇਤ ਸਾਹਿਬ ਸਭ ਤੋਂ ਜ਼ਿਆਦਾ ਦੋਸਤੋ ਅੱਜ ਖੁਸ਼ੀ ਇਸ ਗੱਲ ਦੀ ਹੈ ਕਿ ਆਸਤਾਨਾ ਵੀ ਸੈਯਦ ਦਾ ਹੈ ਸਦਾਰਤ ਵੀ ਸਦਾਤ ਦੀ ਹੈ ਔਰ ਆਫਤਾਬ ਵਿਲਾਇਤ ਹਜ਼ਰਤ ਪੀਰ ਸੈਯਦ ਹੁਸੈਨ ਸ਼ਾਹ ਸਾਹਿਬ ਰਹਿਮਤੁੱਲਾ ਅਲੈ ਉਹਨਾਂ ਦੇ ਆਸਤਾਨਾ ਆਲੀਆ ਤੇ ਅਟਾਰੀ ਪੁਨੂਆ ਚ ਜੀ ਪੰਨੂ ਅਟਾਰੀ ਹਜ਼ਰਾਤ ਮੋਹਤਰਮ ਬੜੀ ਸਾਦਤ ਵਾਲੀ ਬਾਤ ਹੈ ਕਿ ਜਿੱਥੇ ਅੱਲਾ ਦਾ ਪਾਕ ਬੰਦਾ ਕਦਮ ਵੀ ਰੱਖ ਜਾਏ ਨਾ ਮੈਂ ਬੈਰੂਨੀ ਤੌਰ ਤੇ ਸਮਝਦਾ ਸਾਂ ਸ਼ਾਇਦ ਕੋਈ ਦਰਬਾਰ ਹੈ ਇੱਥੇ ਲੇਕਿਨ ਅੰਦਰ ਆ ਕੇ ਦਾਖਲ ਹੋਇਆ ਹੈ ਕਿ ਦਰਬਾਰ ਵਾਲਾ ਸਿਰਫ ਸੈਯਦ ਔਲਾਦ ਬਤੂਲ ਕਦਮ ਰੱਖਿਆ ਨਸ਼ਿਸ਼ਤ ਕੀਤੀ ਹੈ ਇਮਾਨਦਾਰੀ ਨਾਲ ਦਿੱਤੋ ਜਿੱਥੇ ਜ਼ਾਰਾ ਦੇ ਲਾਲ ਬਹਿ ਜਾਣ ਹੈ ਨਾ ਉਸ ਧਰਤੀ ਦਾ ਵੀ ਅੰਦਾਜ਼ ਵੱਖਰਾ ਹੀ ਹੈ ਤੇ ਉਹ ਬੜੇ ਖੁਸ਼ ਨਸੀਬ ਖਾਦਮ ਨੇ ਜਿਹੜੇ ਇਸ ਆਸਤਾਨਾ ਆਲੀਆ ਦੀ ਨੌਕਰੀ ਦੇ ਰਹੇ ਨੇ ਔਰ ਮੇਰੀ ਜਮਾਤ ਦੇ ਜਲੀਲ ਉਲ ਕਦਰ ਉਲਾਮਾ ਕਿਰਾਮ ਫਾਜ਼ਲ ਮੁਹਤਸ਼ਮ ਹਜ਼ਰਤ ਅਲਾਮਾ ਮੌਲਾਨਾ ਮੁਹੰਮਦ ਹਨੀਫ ਜਲਾਲਪੁਰੀ ਦਾਮਤ ਬਰਕਾਤਮੁਲ ਆਲੀਆ ਦੇ ਮਨਜ਼ੂਰ ਨਜ਼ਰ ਅਜ਼ੀਜ਼ ਉਲ ਕਦਰ ਨਕੀਬ ਮਹਿਫਲ ਅਦੀਬ ਮਿਲਤ ਜਨਾਬ ਜਬਰਾਨ ਅਫਸਲ ਸਾਹਿਬ ਔਰ ਜਨਾਬ ਕਾਰੀ ਨਾਸਰ ਮਹਿਮੂਦ ਸਾਹਿਬ ਚਿਸ਼ਤੀ ਸਾਹਿਬ ਵੀ ਤਸ਼ਰੀਫ ਫਰਮਾ ਨੇ ਅੱਲਾ ਦੀ ਲਾ ਰੈਬ ਔਰ ਲਾ ਐਬ ਕਿਤਾਬ ਦੇ ਵਿੱਚੋਂ ਇੱਕ ਆਇਆ ਕਰੀਮਾ ਤਿਲਾਵਤ ਕਰਨ ਦਾ ਸ਼ਰਫ ਹਾਸਲ ਕੀਤਾ ਹੈ ਜਿਸ ਵਿੱਚ ਖਾਲਿਕ ਨੇ ਫਰਮਾਇਆ ਇਨਨ ਲਦੀਨਾ ਆਮਨੂ ਵਅਮਲੁ ਸਾਲਿਹਾਤ ਫਰਮਾਇਆ ਬੇਸ਼ੱਕ ਉਹ ਲੋਕ ਜਿਹੜੇ ਈਮਾਨ ਲੈ ਆਏ ਔਰ ਈਮਾਨ ਲਿਆਉਣ ਦੇ ਬਾਅਦ ਉਹਨਾਂ ਨੇ ਅਮਲ ਅੱਛੇ ਕੀਤੇ ਵਅਖਬਤੂ ਇਲਾ ਰੱਬਿਹਿਮ ਤੇ ਫਰਮਾਇਆ ਆਜਜ਼ੀ ਨਾਲ ਇਨਕਸਾਰੀ ਨਾਲ ਬੁਰਦਬਾਰੀ ਨਾਲ ਤਹੰਮਲ ਮਿਜ਼ਾਜੀ ਨਾਲ ਮੁਸਤਕਿਲ ਮਿਜ਼ਾਜੀ ਨਾਲ ਵਅਖਬਤੂ ਇਲਾ ਰੱਬਿਹਿਮ ਫਰਮਾਇਆ ਉਹ ਆਪਣੇ ਪਰਵਰਦਿਗਾਰ ਦੇ ਵੱਲ ਤੁਰੇ ਰਹੇ ਐਸੇ ਤੁਰੇ ਰਹੇ ਕਿ ਜੱਗ ਦੇ ਦੁੱਖ ਝੋਲੀ ਚ ਪਾ ਲਏ ਪਰ ਯਾਰ ਦਾ ਬੂਹਾ ਨਾ ਛੱਡਿਆ ਐਸੇ ਤੁਰੇ ਰਹੇ ਵਅਖਬਤੂ ਇਲਾ ਰੱਬਿਹਿਮ ਐਸੇ ਅੰਦਾਜ਼ ਨਾਲ ਉਹ ਅੱਲਾ ਦੀ ਤਰਫ ਤੁਰੇ ਰਹੇ ਦੂਸਰੇ ਮੁਕਾਮ ਤੇ ਦੂਸਰੀ ਐਤ ਸਮਾਤ ਫਰਮਾਓ ਪਰ
پروردگار نے فرمایا والذین ہاجروا فی اللہ، فرمایا او لوگ جنہاں دی ہجرت ہی اللہ ہے، غور کرنا اس بات تے، فرمایا والذین ہاجروا فی اللہ، او لوگ جنہاں دی ہجرت ہی اللہ، فی اللہ اللہ دے وچ، ذرا گل سمجھنا لیے، والذین ہاجروا فی اللہ، دوسرے تیسرے مقام تے فرمایا، فرمایا والذین جاہدوا فینا، فرمایا او لوگ جنہاں دی جدوجہد ہی میں ہوں، جنہاں دا ٹارگٹ ہی میں ہوں، تصور تخیل تدبر بہنا اٹھنا کھانا پینا چلنا آونا جانا کوئی ہور انہاں نوں گل نہیں، اکو ہی گل ہے منم محوے خیال نمیدہ نم کجا رفتم، سانوں کوئی پتہ نہیں، یا اللہ اسی تیری محبت وچ ماں واں، ہے نا؟ تو اج چونکہ عشق دا تذکرہ کرنا ہے، عشق دا تذکرہ کرنا ہے، تو فرمایا والذین جاہدوا فینا، کھول کے یار، والذین ہاجروا فی اللہ، ان الذین آمنوا وعملوا الصالحات واخبتوا الى ربهم، فرمایا ادا مفسرین نے مترجمین نے جی ماں صاحب دا ترجمہ کیتا ہے، کس طرح کیتا ہے کہ جڑے مخبوط الحواس ہو جاندے نے، فرمایا انج رب دے عشق وچ کھب جاندے نے، نہ کسے آئے دا پتہ ہے، فرمایا وا اخبتو الى ربهم، فرمایا اپنے پروردگار اجازت ہوے تے اپنے مرشد کامل عارفاں دے سلطان حضرت سخی سلطان باہو رحمت اللہ علیہ دے چٹھا صاحب تصور پیش کرم ملک صاحب، آپ فرما دے لے اندر تبا باغو قتل بیندا ہو دا داغ محبت والا، جڑا دم دم نال ہو دا داغ، ہو دا داغ محبت والا، جڑا دم شڑیل داہو، جتے خو اے کرے روشنائی، اوتھو چھوڑ اندھیرا، اللہ ولی الذین آمنوا یخرجہم من نعرہ تکبیر، نعرہ رسالت، نعرہ تحقیق، نعرہ حیدری، عظمت و شان مصطفیٰ، خطیب پاکستان حضرت حافظ مشتاق احمد سلطانی صاحب، فرمایا اللہ ولی الذین آمنوا، اللہ ولی الذین آمنوا یخرجہم من الظلمات الى النور، پروردگار نے ارشاد فرمایا جنوں میں اپنا بیلی بنا لواں، جھٹکا ترجمہ، جنوں میں اپنا یار بنا لواں، میں کسی منافق نو یار نہیں بنانا، میں مومن نو یار بنانا، میں جدوں یارانا لانا نا کسی یار دے یار نا،
ਜਦੋਂ ਮੈਂ ਤਾਲਕ ਜੋੜਨਾ ਤੇ ਯਾਰ ਦੇ ਯਾਰ ਨਾਲ ਫਰਮਾਇਆ ਯਾ ਮਨੂ ਯੁਖਰਿਜੁਹੁਮ ਮਿਨਦ ਜ਼ੁਲਮਾਤ ਅੱਲਾਹੁ ਵਲੀ ਐ ਕੌਣ ਜੀ ਵਲੀ ਅੱਲਾ ਅੱਲਾ ਫਰਮਾਉਂਦਾ ਅੱਲਾ ਵਲੀ ਤੂੰ ਕੱਲਾ ਹੀ ਕਹਿੰਦਾ ਮੈਂ ਵਲੀ ਅੱਲਾ ਮੈਂ ਵੀ ਵਲੀ ਹਾਂ ਮੈਂ ਵੀ ਵਲੀ ਹਾਂ ਅਗਲੀ ਵੰਡ ਨਹੀਂ ਮੈਂ ਕਰਦਾ ਮੈਂ ਵੀ ਵਲੀ ਹਾਂ ਅੱਛਾ ਜੀ ਫਰਮਾਇਆ ਅੱਲਾਹੁ ਵਲੀਉ ਲਜ਼ੀ ਲਾ ਮਨੂ ਯੁਖਰਿਜੁਹੁਮ ਮਿਨਦ ਜ਼ੁਲਮਾਤ ਇਲ-ਨੂਰ ਅੱਲਾ ਫਰਮਾਉਂਦਾ ਜਿਹਨੂੰ ਮੈਂ ਆਪਣਾ ਬੇਲੀ ਬਣਾਵਾਂ ਬਣਾਉਣਾ ਵਾ ਮੋਮਨ ਨੂੰ ਇਮਾਨਦਾਰ ਨੂੰ ਮੈਂ ਪੁੱਛਿਆ ਯਾ ਅੱਲਾ ਇਮਾਨਦਾਰ ਕੌਣ ਫਰਮਾਇਆ ਜਿਹੜਾ ਮੁਹੰਮਦ ਦਾ ਆਸ਼ਿਕ ਏ ਉਹੀਓ ਇਮਾਨਦਾਰ ਲਜਪਾਲ ਨਬੀ ਕੇ ਹਮ ਸੌਣ ਨਬੀ ਕੇ ਫਰਮਾਇਆ ਯੁਖਰਿਜੁ ਮਿਨਦ ਜ਼ੁਲਮਾਤਿ ਇਲ-ਨੂਰ ਮੇਰਾ ਦਿਲ ਕਰਦਾ ਮੈਂ ਵਲੀਆਂ ਦੇ ਤਾਜਦਾਰ ਦੀ ਇੱਕ ਗੱਲ ਸੁਣਾ ਦਿਆਂ ਹਜ਼ਰਤ ਅਲੀ ਕਰਮ ਅੱਲਾ ਵਜੂਲ ਕਰੀਮ ਦੇ ਜ਼ਮਾਨਾ ਮੁਬਾਰਕ ਦੇ ਅੰਦਰ ਜਨਾਬੇ ਚੌਧਰੀ ਜੱਜਾ ਸਾਹਿਬ ਇੱਕ ਘਰ ਵਿੱਚ ਰੋਜ਼ ਹੀ ਝਗੜਾ ਹੁੰਦਾ ਸੀ ਤਿੰਨ ਚਾਰ ਘਰ ਮੌਲਾ ਅਲੀ ਤੋਂ ਸਾਈਡ 'ਤੇ ਸਨ ਆਪਨੇ ਇੱਕ ਦਿਨ ਸ਼ਹਿਜ਼ਾਦਾ ਇਮਾਮ ਹੁਸੈਨ ਨੂੰ ਫਰਮਾਇਆ ਉਹ ਘਰ ਵਾਲੇ ਨੂੰ ਬੁਲਾ ਕੇ ਇੱਥੇ ਲਿਆ ਇਹ ਰੋਜ਼ ਹੀ ਲੜਦੇ ਨੇ ਉਹ ਆ ਗਏ ਫਰਮਾਇਆ ਇਕੱਲੇ ਨੂੰ ਨਾ ਲਿਆਈ ਨਾਲ ਬੀਬੀ ਨੂੰ ਲਿਆਈ ਇਮਾਮ ਹੁਸੈਨ ਨੇ ਜਾ ਕੇ ਦਸਤਕ ਦਿੱਤੀ ਇਮਾਨਦਾਰੀ ਨੇ ਦੱਸੋ ਕਿੱਡਾ ਸੋਹਣਾ ਉਹ ਬੂਹਾ ਹੋਵੇਗਾ ਜਿੱਥੇ ਜ਼ਾਰਾ ਦਾ ਲਾਲ ਜਾ ਕੇ ਦਸਤਕ ਦੇਣ ਡਿਆ ਕਿਤਨਾ ਹੁਸੀਨ ਉਹ ਜਮੀਲ ਦਰਵਾਜ਼ਾ ਹੋਵੇਗਾ ਜਾ ਕੇ ਸ਼ਹਿਜ਼ਾਦਾ ਰਸੂਲ ਅਕਸੇ ਰਸੂਲ ਜ਼ਿਲ੍ਹੇ ਰਸੂਲ ਪਰਤਵੇ ਰਸੂਲ ਸੂਰਤ ਰਸੂਲ ਸੀਰਤ ਰਸੂਲ ਕਿਰਦਾਰ ਰਸੂਲ ਰਫਤਾਰ ਰਸੂਲ ਹਜ਼ਰਤ ਸੈਯਦ ਨੇ ਇਮਾਮ ਹੁਸੈਨ ਅਲੈਹਿ ਸਲਾਮ ਨੇ ਜਾ ਕੇ ਜਦੋਂ ਦਰਵਾਜ਼ੇ ਨੂੰ ਦਸਤਕ ਦਿੱਤੀ ਤਾਂ ਬਾਹਰ ਆਇਆ ਆਦਮੀ ਸ਼ਹਿਜ਼ਾਦਿਆ ਖੈਰ ਕਿ ਜੀ ਅੱਬਾ ਜੀ ਬੁਲਾ ਰਹੇ ਨੇ ਤੇ ਤੁਹਾਨੂੰ ਦੋਵਾਂ ਨੂੰ ਬੁਲਾ ਰਹੇ ਚਲੇ ਗਏ ਜਿਹੜੇ ਵੇਲੇ ਚਲੇ ਗਏ ਤੇ ਮੌਲਾ ਅਲੀ ਪਾਕ ਨੇ ਫਰਮਾਇਆ ਬੀਬੀ ਅਗਰ ਮੈਂ ਤੇਰੇ ਕੋਲ ਕੋਈ ਗੱਲ ਪੁੱਛਾਂ ਤੇ ਸਹੀ ਦੱਸੇਂਗੀ ਅਰਜ਼ ਕੀਤੀ ਹਜ਼ੂਰ ਸਹੀ ਦੱਸਾਂਗੀ ਹੁਣ ਔਰਤ ਹੀ ਕਹਿੰਦੀ ਹੈ ਸਰਕਾਰ ਇਹਦੇ ਨਾਲ ਮੇਰਾ ਨਿਕਾਹ ਵੀ ਹੋਇਆ ਨੇੜੇ ਵੀ ਨਹੀਂ ਜਾ ਸਕੇ ਲੜਾਈ ਵੀ ਨਹੀਂ ਮੁੱਕੀ ਪਤਾ ਨਹੀਂ ਗੱਲ ਕੀ ਹੈ ਸਮਝ ਨਹੀਂ ਲੱਗੀ ਅਜੇ ਤੋੜੀ ਨੇੜੇ ਵੀ ਨਹੀਂ ਜਾ ਸਕੀ ਤੇ ਲੜਾਈ ਵੀ ਮੌਲਾ ਨੇ ਫਰਮਾਇਆ ਤੂੰ ਜ਼ਰਾ ਦੋ ਮਿੰਟ ਪਰਾ ਹੋ ਜਾਵੇ ਉਹ ਜ਼ਰਾ ਦੋ ਮਿੰਟ ਖਾਵਤ ਪਰਾ ਹੋਇਆ ਤੇ ਆਪਨੇ ਫਰਮਾਇਆ ਬੀਬੀ ਗੱਲ ਸੱਚੀ ਦੱਸੇਂਗੀ ਉਸ ਯਾ ਅਲੀ ਸੱਚੀ ਦੱਸਾਂਗੀ ਆਪਨੇ ਫਰਮਾਇਆ ਤੂੰ ਕਿਸੇ ਬੇਟੇ ਨੂੰ ਜਨਮ ਦਿੱਤਾ ਸੀ ਜੰਗਲ ਵਿੱਚ ਯੁਖਰਿਜੁਹੁਮ ਮਿਨ ਜ਼ੁਲਮਾਤ ਇਲ-ਨੂਰ ਫਰਮਾਇਆ ਤੂੰ ਕਿਸੇ ਬੇਟੇ ਨੂੰ ਜਨਮ ਦਿੱਤਾ ਸੀ ਜੰਗਲ ਵਿੱਚ ਵੇਖੇ ਜੀ ਦਿੱਤਾ ਸੀ ਛੱਡ ਕੇ ਆਈ ਤੂੰ ਜੰਗਲ ਵਿੱਚ ਵੇਖੇ ਛੱਡ ਕੇ ਆਈ ਤੇਰੀਆਂ ਅੱਖਾਂ ਦੇ ਸਾਹਮਣੇ ਕੁੱਤਾ ਪਿਆ ਵੇਖੇ ਪਿਆ ਤੂੰ ਬੱਚੇ ਨੂੰ ਵੱਟਾ ਮਾਰਿਆ ਬੱਚੇ ਨੂੰ ਨਹੀਂ ਮਾਰਿਆ ਮਾਰਿਆ ਤੇ ਕੁੱਤੇ ਨੂੰ ਵੱਜਾ ਬੱਚੇ ਨੂੰ ਵੱਜਾ ਵੇਖੇ ਵੱਜਾ ਫਰਮਾਇਆ ਤੂੰ ਦੁਪੱਟਾ ਪਾੜ ਕੇ ਪੱਟੀ ਬੱਧੀ ਇਹ ਸੈਯਦ ਅਬੂ ਹੈ ਤੇ ਸੈਯਦ ਦੇ ਘਰੋਂ ਗੱਲ ਸ਼ੁਰੂ ਕਰਨ ਲੱਗਾ ਵਾ ਹੈ ਨਾ ਬੇ ਤੂੰ ਵੱਟਾ ਮਾਰਿਆ ਕਿ ਮਾਰਿਆ ਬੱਚੇ ਦੇ ਸਿਰ ਚ ਵੱਜਾ ਕਿ ਵੱਜਾ ਦੁਪੱਟਾ ਪਾੜ ਕੇ ਤੂੰ ਪੱਟੀ ਬੱਧੀ ਯਾ ਅਲੀ ਬੱਧੀ ਆ ਜਾ ਬਾਈ ਹੁਣ ਤੂੰ ਵੀ ਹੋਣਾ ਉਹਨੂੰ ਬੰਦੇ ਨੂੰ ਆਵਾਜ਼ ਮਾਰ ਕੇ ਫਰਮਾਇਆ ਬੀਬੀ ਇਹ ਤੇਰਾ ਖਾਵੰਦ ਨਹੀਂ ਹੈ ਉਹ ਬੱਚਾ ਹੀ ਜਿਹਦੇ ਨਾਲ ਤੇਰਾ ਨਕਾ ਹੋਇਆ ਅੱਲਾਹੁ ਵਲੀਉ ਲਜ਼ੀ ਲਾ ਮਨੂ ਯੁਖਰਿਜੁ ਮਿਨ ਜ਼ੁਲਮਾਤਿ ਇਲ-ਨੂਰ ਮੀਆਂ ਮੁਹੰਮਦ ਬਖਸ਼ ਸਾਹਿਬ ਰਹਿਮਤੁਲਾਹ ਅਲੈਹ ਇਹਦਾ ਤਰਜਮਾ
ਕਲਮਾ ਕਿਵੇਂ ਬਿਆਨ ਫਰਮਾਇਆ, ਜੇ ਰੱਬ ਦਿਲ ਦੀਆਂ ਉਹ ਤੈਨੂੰ ਅੱਖੀਆਂ ਦੇਵੇ, ਤੇ ਚਾਨਣ ਹੋਵੇ ਇਹ ਨੂਰਾਂ, ਉਹ ਵਲੀਆਂ ਨੂੰ ਹਰ ਸ਼ੈ ਨਜ਼ਰੀ ਆਵੇ, ਉਹ ਕਿਆ ਨੇੜੇ ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਤਹਕੀਕ, ਨਾਰਾਏ ਹੈਦਰੀ, ਹਜ਼ਰਤ ਅਲਾਮਾ ਹਾਫਿਜ਼ ਮੁਸ਼ਤਾਕ ਅਹਿਮਦ ਸੁਲਤਾਨੀ ਸਾਹਿਬ। ਹਜ਼ਰਤ ਮੈਂ ਅਰਜ਼ ਕਰ ਰਿਹਾ ਵਾਂ, ਜ਼ਰਾ ਤਵੱਜੋ ਹੋਵੇ। ਫਰਮਾਇਆ ਵਾ ਯਖਬਤੂ ਇਲਾ ਰੱਬਿਹਿਮ, ਜਿਹੜੇ ਆਜਜ਼ੀ ਨਾਲ ਇਨਕਸਾਰੀ ਨਾਲ ਬੁਰਦਬਾਰੀ ਨਾਲ ਤਮਲ ਮਿਜ਼ਾਜੀ ਨਾਲ ਤੁਰੇ ਹੀ ਰਹਿੰਦੇ ਨੇ, ਤੁਰੇ ਹੀ ਰਹਿੰਦੇ ਨੇ। ਮੌਲਾ ਅਲੀ ਫਰਮਾਇਆ, ਬੀਬੀ ਇਹ ਤੇ ਆਈ ਤੇਰਾ ਪੁੱਤਰ ਹੈ। ਇੱਕ ਗੱਲ ਵੀ ਮੌਲਵੀ ਅਸ਼ਰਫ ਅਲੀ ਥਾਣੀ ਨੇ ਲਿਖੀ, ਹਾਂ ਗੱਲ ਵੀ ਉਹਨੇ ਲਿਖੀ ਹੈ, ਕਰਾਮਾਤ ਸਿਹਾਬਾ ਮੌਲਾ ਅਲੀ ਦੀ ਕਰਾਮਤ ਬਿਆਨ ਕਰਦਿਆਂ ਹੋਇਆ। ਆਪ ਫਰਮਾਉਂਦੇ ਨੇ ਜੰਗੇ ਸਫੀਨ ਵੱਲ ਮੌਲਾ ਅਲੀ ਜਾ ਰਹੇ ਸਨ, ਤੇ ਰਾਹ ਵਿੱਚ ਪਾਣੀ ਦੀ ਲੋੜ ਪੈ ਗਈ। ਆਸ਼ਕਾਂ ਨੇ ਅਰਜ਼ ਕੀਤੀ, ਹਜ਼ੂਰ ਪਾਣੀ ਚਾਹੀਦਾ। ਆਪ ਨੇ ਫਰਮਾਇਆ, ਉਹ ਜਿਹੜਾ ਗਿਰਜਾ ਨਾ ਸਾਈ ਦਾ, ਉਹਨੂੰ ਪੁੱਛੋ ਪਾਣੀ ਕਿੱਥੋਂ ਲੱਭਣਾ। ਮੌਲਾ ਅਲੀ ਪਾਕ ਨੇ ਫਰਮਾਇਆ, ਉਹ ਜਿਹੜਾ ਗਿਰਜੇ 'ਚ ਪਾਦਰੀ ਬੈਠਾ, ਉਹਨੂੰ ਪੁੱਛੋ ਪਾਣੀ ਕਿੱਥੋਂ ਲੱਭਣਾ। ਉਹ ਬੜਾ ਸਾਹਿਬ ਜਦੋਂ ਉੱਥੇ ਗਿਆ ਤਾਂ ਕਹਿਣ ਲੱਗਾ, ਜੀ ਕਮ ਅਜ਼ ਕਮ 4-5 ਜਾਂ 6 ਕਿਲੋਮੀਟਰ ਦੇ ਫਾਸਲੇ 'ਤੇ ਜੇਕਰ ਆਪਾਂ ਜਾ ਕੇ ਪਾਣੀ ਲੱਭੇਗਾ। ਮੌਲਾ ਅਲੀ ਫਰਮਾਇਆ, ਫਿਰ ਤਾਂ ਲਸ਼ਕਰ ਮਰ ਗਿਆ, ਪਾਣੀ ਲੱਭਦਿਆਂ। ਆਪਨੇ ਫਰਮਾਇਆ, ਵੱਡਾ ਸਾਰਾ ਪੱਥਰ ਸੀ, ਫਰਮਾਇਆ ਨੂੰ ਪੱਥਰ ਚੁੱਕੋ ਏ, ਉਹ ਹੁਣ ਇੱਕ ਬੰਦਾ, ਦੋ ਬੰਦਾ, 10 ਬੰਦੇ 15 ਬੰਦੇ ਪੱਥਰ ਲੱਗੇ ਚੁੱਕਣ, ਪੱਥਰ ਹੁਣ ਚੁੱਕਿਆ ਕੋਈ ਨਾ ਜਾਏ। ਉਹ ਪੱਥਰ ਦੇ ਵਿੱਚ ਥੋੜ੍ਹਾ ਜਿਹਾ ਜਾਜਾ ਭਾਈ, ਥੋੜ੍ਹਾ ਜਿਹਾ ਨਾ ਚੋਈ ਸਾਹਿਬ ਸੁਰਾਖ ਸੀ। ਮੌਲਾ ਅਲੀ ਨੇ ਸ਼ਹਾਦਤ ਦੀ ਉਂਗਲ ਦੇ ਅੰਗੂਠੇ ਵਿੱਚ ਇਹ ਇੰਜ ਕੀਤਾ ਅਤੇ ਪੱਥਰ ਹੋ ਜਾ। ਮੌਲਾ ਅਲੀ ਕਰਮ ਅੱਲਾ ਵਜੂਲ ਕਰੀਮ ਨੇ ਇੰਜ ਕਰਕੇ ਕੀਤਾ ਨਾ ਅਤੇ ਪੱਥਰ ਹੋ ਜਾ ਪਿਆ। ਜਦੋਂ ਪੱਥਰ ਜਾ ਪਿਆ ਨਾ, ਤਾਂ ਆਪਣੇ ਫਰਮਾਇਆ ਖੋਦੋ ਥੱਲਿਓ, ਖੋਦਿਆ ਤਾਂ ਸੋਹਣਾ ਜਿਹਾ ਪਾਣੀ ਨਿਕਲਿਆ। ਹੁਣ ਪਾਦਰੀ ਵਹਿੰਦਾ ਸੀ ਪਿਆ। ਆਪਨੇ ਫਰਮਾਇਆ, ਜਿਹੜੇ ਵੇਲੇ ਸਵਾਰੀਆਂ ਪਾਣੀ ਪੀ ਲਿਆ, ਸਾਰਾ ਕੁਝ ਇੰਤਜ਼ਾਮ ਹੋ ਗਿਆ, ਫਰਮਾਇਆ ਸਮਾਨ ਬੰਨੋ ਤੇ ਅੱਗੇ ਚੱਲੀਏ। ਉਹ ਪਾਦਰੀ ਨੇੜੇ ਆ ਕੇ ਨਾ ਹੱਥ ਫੜ ਕੇ ਕਹਿੰਦਾ, ਹੁਣ ਮੇਰੀ ਵੀ ਤਾਂ ਸੁਣ ਲਓ। ਪਾਦਰੀ ਆਪ ਦਾ ਹੱਥ ਫੜ ਕੇ ਚੱਠਾ ਸਾਹਿਬ ਕਹਿੰਦਾ, ਹੁਣ ਮੇਰੀ ਤਾਂ ਸੁਣ ਲਓ, ਕਿੱਥੇ ਚੱਲਿਆ ਮੈਨੇ, ਮੇਰੇ ਹੱਲ ਤੇ ਵੇ, ਮੈਂ ਕਦੋਂ ਦਾ ਬੈਠਾ। ਆਪਨੇ ਫਰਮਾਇਆ, ਮੇਰਾ ਤੇਰਾ ਕੀ ਤਲਕ, ਮੈਂ ਕੁਰਾਨ ਪੜ੍ਹਨ ਲੱਗਾ। ਅੱਲਾ ਫਰਮਾਇਆ, ਮੁਹੰਮਦ ਰਸੂਲੁਲਲਾਹ ਵੱਲਦੀਨ ਮਾਹੂ ਅਸ਼ਿੱਦਾ ਵਲਲ ਕੁਫਾਰ ਰਹਿਮਾ ਬੈਨਹੁਮ ਤਰਾਹੁਮ ਰੁਕਾਨ ਸੁਜਦੈ ਅਬਤਗੂਨ ਫਜ਼ਲਨ ਮਿਨ ਅੱਲਾਹ ਵਰਿਦਵਾਨ ਸੀਮਾਹੁਮ ਫੀ ਵੁਜੂਹਿਹਿਮ ਮਿਨ ਅਥਰਿ ਸੁਜੂਦ ਜ਼ਾਲਿਕਾ ਮਸਲੁਹੁਮ ਫੀ ਤੌਰਾਤਿ ਵਮਸਲੁਹੁਮ ਫੀਲ ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਤਹਕੀਕ, ਮਨ ਕੁੰਤਾ ਮੌਲਾ, ਮਨ ਕੁੰਤਾ ਮੌਲਾ, ਕੋਇਲ ਕੋ ਦੇਖਾ ਵੋ ਕੂਕ ਰਹੀ ਥੀ, ਅਰੇ ਤੁਮ ਵੀ ਬੋਲੋ, ਮਸਤ ਮਸਤ ਕਲੰਦਰ ਹਰ ਦਿਲ ਦੇ ਅੰਦਰ, ਮੇਰਾ ਪੀਰ ਪੁਕਾਰੇ, ਤੇਰਾ ਪੀਰ ਪੁਕਾਰੇ, ਹਰ ਦਮ ਇਹ ਬੋਲੋ ਨਾਰਾਏ ਹੈਦਰੀ। ਫਰਮਾਇਆ ਮਸਲੁਹੁਮ ਫਿਤ ਤੌਰਾਤ ਵਮਸਲੁਹੁਮ ਫਿਲ ਇੰਜੀਲ ਵਅਦਲ ਅਲੈਹਿ ਹੱਕਾਂ ਫਿਤ ਤੌਰਾਤ ਵਲ ਇੰਜੀਲ ਵਲ ਹੱਕ ਅੱਲਾ ਦਾ, ਤੁਰਾਤ ਅੰਦਰ,
زبور اندر، انجیل اندر اور قرآن اندر، کہن لگا سرکار تسی نبی تے نہیں؟ سنو ہن گل، پادری کہندا حضور تسی نبی تے نہیں؟ عاشقو کی گل دسا، جدو نبی دا نام آیا نا چیما صاحب، مولا علی دیا چیخا نکل گئی. انہیں پوچھا میں نام نبی دا نام لیا تو روئے کیوں؟ آپ نے فرمایا اج مینوں بچپن یاد آ گیا، اج مینوں حضور دیا چولیاں چ کھیڈنا یاد آ گیا. علامہ اقبال نے وہ ترجمہ کیتا، وہی آبلے وہی جلن کوئی سوزے دل میں کمی نہیں، وہی آبلے وہی جلن کوئی سوزے دل میں کمی نہیں، وہ لگا کے آگ چلے گئے یہ لگی ہوئی ہے. مولا علی پاک دی آنکھاں وچ اتھرو آ گئے، کہن لگا حضور روئے کیوں ہو؟ آپ نے فرمایا مینوں محبوب یاد آ گیا ہے. پھر کہن لگا سرکار مینوں کلمہ پڑھاؤ، مینوں اے دسو جے نبی نہیں تے تسی کون ہو؟ آپ نے فرمایا میں نبی دا ویر وی ہاں، میں صحابہ دا مشیر وی ہاں، میں نبی دا وسیع وی ہاں. جڑے ویلے مولا علی نے نال آکھیا، انہیں کتاب کڈ کے اگے رکھ دتی، کہن لگا ہزاراں سالاں دی یہ بات آ رہی ہے، اس پتھر نو یا کسے نبی چکنا سی یا کسے وسیع نے چکنا سی، اج میں شکر کیتا ہے محمد دا وسیع علی آ گیا ہے، کلمہ پڑھا مسلمان کر. کلمہ پڑھیا مسلمان ہو گیا، نال ہی تر پیا، کہندا ہن میں ایتھے رہنا ہے. بھلا بھئی عاشقاں تو بھی صدقے جائیں، شاہ جی حضور خیبر تو نا، خیبر خیبر چ کملی والے کھلوتے نے تے ایک یہودی بکریاں پہ چاردا ہے. کسی نے پوچھتا یار خیبر کیوں لگا ہے؟ انہاں کیا او جڑا کھلوتا ہے نا، وہ جدو اکھ چٹھا صاحب پی نا نبی پاک دی چہرے تے، تے بکریاں ترو کے نا نیڑے، تے کہن لگا جی میں بھی کلمہ پڑھ لاں. جی جی، اج میں عشق دا تذکرہ نہیں چھیڑیا نا، اج مشوق دی گل چھیڑی. پہلو مشوق لئیے نا، پھر عاشق اکٹھے کریے، تے پھر عاشقاں دی فرشت وچوں ایک عاشق نوں ملا، ہے نا جی. اچھا جناب، او جڑے ویلے انج حضور دا چہرہ ویکھ کے تے کلمہ پڑھ گیا، کلمہ پڑھ گیا تے کہندا حضور گل اے وے، جے میں ہن تواڈے کول جاواں مالک تے نہیں نا آن دینا؟ آپ نے فرمایا آہو مالک تے نہیں آن دینا. پہلے دن ہی کلمہ پڑھ کے نا چیما صاحب، اس عاشق نو پتہ لگا جس نبی دے مکھ وچ اتنی تصویر ہے، وہ دے لب وچ کتنی تصویر ہوئے گی، وہ دی بولی وچ کتنی تصویر ہوئے گی. کہن لگا جی سونے آ، مینوں ہن سمجھ لگ گئی ہے، ہین تے جانور ہی نے نا، امانت ہے نا اس یوتی دی میرے کول، ہوں میں کلمہ پڑھ لیا، جے میں واپس جاواں انہیں مینو آن نہیں دینا. تو سونے تو مہربانی کر، ہاں انہوں ٹور نہیں چھڑ دا، انہوں کے گھر ٹور جانا. سنو سنو عاشقو، سید بوئے تو بیٹھے ہیں، صدا سید صدا دا تذکرہ جاری ہے. وہ پہلے دن ہی کلمہ پڑھ کے وہ دل منیا کہ ڈنگر بھی آکھے لگ جانے. بندہ پاوے کوئی آکھے لگے پاوے نہ لگے، جانوراں لگ جانا. مصطفیٰ علیہ الصلوۃ والسلام دے آکھے جانوراں لگ جانا. اچھا جی، حضور فرمایا اتھوں نہ کنکر کٹھے کر کے گن کنیاں بکریاں نے، انہیں گنتری کیتی 12 یا 14 جنیاں وی ایسن جبران بھائی، تے او گنتری کر کے حضور فرمایا ایک ایک نو توں ٹوریا نشانہ مار دے گھر میں کلی. وہ ایک ایک لٹور دے، اگر راوی کہندا خدا دی قسم ہے جڑا مالک سی نا یہودی، وہ دے گھر وچ ہی بکریاں گئیاں نے، غیر پاسے نہیں گئیاں، ہے نا. ہن اے جڑے ویلے مسلمان ہو گیا، مولا علی دے نال ٹر پیا، اللہ دی شان بڑا وڈا، سارا پتھر او دے اتر ڈگ گیا، او جام شہادت نوش کر گیا. او جنہاں ہتھاں دے نال مولا علی نے نبی نو غسل دتا،
ਕਫਨ ਪਹਿਨਾ ਰਹੇ ਨੇ, ਨਾਲੇ ਜਨਾਜ਼ਾ ਪੜਾ ਰਹੇ ਨੇ, ਨਾਲੇ ਕਬਰ ਵਿੱਚ ਲਾ ਰਹੇ ਨੇ। ਜਦੋਂ ਕਫਨ ਦੀਆਂ ਤਣੀਆਂ ਬੰਦ ਕੀਤੀਆਂ, ਆਸ਼ਿਕ ਬੋਲ ਕੇ ਕਹਿੰਦਾ ਹੋਵੇਗਾ, ਮੇਰੇ ਜ਼ਖਮੇ ਦਿਲ ਕਾ ਮੁਕੱਦਰ ਤੋਂ ਦੇਖੋ, ਨਿਗਾਹੋਂ ਸੇ ਤਾਂ ਕੇ ਦੀਏ ਜਾ ਰਹੇ। ਕਿਤਨਾ ਮੈਂ ਖੁਸ਼ ਨਸੀਬ ਹਾਂ ਜਿਨ੍ਹਾਂ ਹੱਥਾਂ ਨਾਲ ਮੁਸਤਫਾ ਨੂੰ ਗੁਸਲ ਦਿੱਤਾ ਗਿਆ, ਉਹਨਾਂ ਹੱਥਾਂ ਨਾਲ ਹੀ ਇਹਨੂੰ ਗੁਸਲ ਦਿੱਤਾ ਗਿਆ। ਹਜ਼ਰਾਤ ਮੁਹਤਰਮ, ਜਦੋਂ ਮੇਰਾ ਸੋਹਣਾ ਇਸ਼ਕ ਦੀਆਂ ਲੱਜ਼ਤਾਂ ਦੇਣ ਵਾਸਤੇ ਪੰਜਾਬੀ ਦੀ ਮਿਸਾਲ ਅਰਜ਼ ਕਰਦਿਆਂ, ਚਿਮਨੀ ਚਿਮਨੀ ਲੱਥੀ ਹੋਵੇ, ਚਿਮਨੀ ਤੋਂ ਸ਼ੀਸ਼ਾ ਲੱਥਾ ਹੋਵੇ ਤੇ ਉਹਦੀ ਲਾਈਟ ਕੁਝ ਹੋਰ ਹੁੰਦੀ ਹੈ, ਤੇ ਜਦੋਂ ਉੱਤੇ ਚਿਮਨੀ ਪਾ ਦੀਏ। ਜੀ 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 ਅੱਛਾ ਜੀ, ਜਦੋਂ ਉੱਤੇ ਚਿਮਨੀ ਪਾ ਦੀਏ ਤੇ ਉਹਦੀ ਲਾਈਟ, ਅਗਰ ਮਹਿਬੂਬ ਨੂੰ ਅੱਲਾ ਬਸ਼ਰ ਨਾ ਬਣਾਉਂਦਾ, ਮਹਿਬੂਬ ਨੂੰ ਅੱਲਾ ਨੇ ਜਾਮਾ ਬਸ਼ਰ ਚਿਮਨੀ ਪਾ ਕੇ ਘੱਲਿਆ ਹੈ, ਫਰਮਾਇਆ ਤਾਂ ਕਿ ਮੇਰੇ ਮਹਿਬੂਬ ਦੇ ਆਸ਼ਕ ਬਗਿਰਦੇ ਕਾ ਬਗੈ ਗਰਦਮ ਕਰੂਏ ਯਾਰ ਮਨ ਕਾਵਾ, ਬਗਿਰਦੇ ਕਾ ਬਗੈ ਗਰਦਮ ਕਰੂਏ ਯਾਰ ਮਨ ਕਾਵਾ, ਬਗਿਰਦੇ ਕਾ ਬਗੈ ਗਰਦਮ ਕਰੂਏ ਯਾਰ ਮਨ ਕਾਵਾ, ਅਗਰ ਯਾ ਖਰੀਦਾਰੇ ਫਰੋਸਾ ਜਾਨੋ ਇਮਾਰਾ। ਇਹ ਤੇ ਫਾਰਸੀ ਵਾਲੇ ਆਖਿਆ ਨਾ, ਮੇਰਾ ਖਿਆਲ ਹੈ ਸੈਯਦ ਬੂਬੇ ਤੇ ਉੱਠ ਕੇ ਜਿਹੜਾ ਪਹਾੜ ਦੇ ਇਲਾਕੇ ਚ ਰੂਮੀਏ ਕਸ਼ਮੀਰ ਮੀਆਂ ਮੁਹੰਮਦ ਬਖਸ਼ ਸਾਹਿਬ ਕੋਲ ਪੁੱਛ ਲਈਏ ਤੇ ਮੀਆਂ ਦਾ ਪਰਮਾਨੰਦ ਨੇ ਦਰ ਮੁਰਸ਼ਦ ਦਾ ਇਹ ਖਾਨਾ ਕਾਬਾ ਹੱਜ ਜ਼ਰੂਰੀ ਕਰੀਏ, ਰੱਖ ਕੇ ਤਕਵਾ ਮਹਿਬੂਬਾ ਦਾ ਤੇ ਚੱਲ ਦਵਾਰਾ ਵੇ ਮਲੀਏ। ਹੁਣ ਸਰਕਾਰ ਜਦੋਂ ਆਏ ਨਾ ਮੱਕੇ ਦੀ ਧਰਤੀ ਚ, ਸਭ ਤੋਂ ਪਹਿਲਾਂ ਆਸ਼ਕ ਹਜ਼ਰਤ ਅਬੂ ਬਕਰ ਕਹਿੰਦੇ ਨੇ ਮੈਂ ਨਾ 2 ਮਹੀਨੇ ਦੀ ਤਜਾਰਤ ਕਰਕੇ ਨਾ ਘਰ ਆਇਆ। ਜੀ ਤਵੱਜੋ ਹੈ, ਕੋਈ ਤੁਹਾਨੂੰ ਨਹੀਂ ਮੈਂ ਛੇੜਨਾ, ਛਿੜਿਆ ਛੁੜਾਇਆ ਸਾਜ ਸੁਣਦੇ ਜਾਓ। ਹਜ਼ਰਤ ਅਬੂ ਬਕਰ ਕਹਿੰਦੇ ਨੇ 2 ਮਹੀਨੇ ਦੀ ਤਜਾਰਤ ਦੇ ਬਾਅਦ ਆਇਆ ਮੇਰੇ ਅੱਬੇ ਦੇ ਕੋਲ ਹਕੀਮ ਬਿਨ ਹਜ਼ਾਮ, ਅਬੂ ਸੁਫਿਆਨ, ਅਬੂ ਜਾਲ, ਅਬੂ ਲਾਭ, ਉਤਬਾ, ਸ਼ੈਬਾ, ਵਲੀਦ ਬਿਨ ਮੁਗੀਰਾ, ਸਾਰੇ ਮੱਕੇ ਦੇ ਚੌਧਰੀ ਮੇਰੇ ਅੱਬੇ ਕੋਲ ਬੈਠੇ। ਮੈਂ ਆ ਕੇ ਗੱਠੜੀ ਰੱਖੀ, ਅਬੂ ਜਾਲ ਝਟਪਟ ਮੈਨੂੰ ਵੇਖ ਕੇ ਕਹਿਣ ਲੱਗਾ, ਅਬਦੁੱਲਾ ਪਤਾ ਹੀ ਕਾਹਦਾ, ਵੇਖੇ ਅੰਮਾ ਵੀ ਕੋਈ ਨਹੀਂ, ਅੱਬਾ ਵੀ ਕੋਈ ਨਹੀਂ, ਅਤੇ ਕਹਿੰਦਾ ਮੈਂ ਨਬੀ ਬਣ ਕੇ ਆ ਗਿਆ। ਯਤੀਮ ਹੀ, ਉਹ ਅਬੂ ਤਾਲਬ ਦਾ ਭਤੀਜਾ ਨਹੀਂ, ਆਹੋ। ਤੇ ਅਬੂ ਬਕਰ ਕਹਿੰਦੇ ਨੇ ਸਾਰੇ ਚੌਧਰੀ ਉੱਠੋ ਨਾ ਇੱਥੋਂ ਤੇ ਘਰਾਂ ਨੂੰ ਜਾਓ, ਤੁਹਾਨੂੰ ਕੀ ਪਤਾ ਮੀਮ ਦੇ ਥੱਲੇ ਵਸਦਾ ਕੌਣ ਹੈ ਵਿਆਹ। ਮੀਮ ਦੇ ਥੱਲੇ ਕੌਣ ਵਸਦਾ ਤੁਹਾਨੂੰ ਕੀ ਪਤਾ। ਹਜ਼ਰਤ ਅਬੂ ਬਕਰ ਫਰਮਾਉਂਦੇ ਨੇ ਮੈਂ ਰਾਤ ਬੜੀ ਔਖੀ ਕੱਢੀ, ਦਿਨ ਚੜਿਆ। ਇਹ ਮਿਲਤ ਇਸਲਾਮੀਆਂ ਦਾ ਪਹਿਲਾ ਆਸ਼ਿਕ, ਪਹਿਲਾ ਹੀ ਮੂਮਨ, ਪਹਿਲਾ ਹੀ ਆਸ਼ਿਕ ਹੈ ਬਈ। ਆਸ਼ਕਾਂ ਦੀ ਫਰਿਸ਼ਤ ਤਾਂ ਬੜੀ ਹੈ ਨਾ, ਮੈਂ ਛੋਟੇ 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 ਐਵੇਂ ਗੱਲਾਂ ਹੀ ਨਿੱਕੀਆਂ ਨਿੱਕੀਆਂ ਦੱਸਣੀਆਂ ਹੈ ਨਾ।
ਤੇ ਇਹ ਜਾ ਕੇ ਇੰਜ ਨਬੀ ਦੇ ਬੂਹੇ ਅੱਗੇ ਖਲੋ ਗਏ। ਅਕਲ ਕਹਿਣ ਲੱਗੀ ਬੂਹਾ ਖੜਕਾ ਲਿਆ, ਇਸ਼ਕ ਕਹਿਣ ਲੱਗਾ ਹੂੰ, ਅੱਜ ਅੱਖ ਨਾਲ ਨਹੀਂ ਹੱਥ ਨਾਲ ਨਹੀਂ ਖੜਕਾਉਣਾ, ਅੱਜ ਅੱਖ ਨਾਲ ਖੜਕਾਉਣਾ। ਅਵੈਸੀ ਸਾਹਿਬ ਅਬੂ ਬਕਰ ਇੰਜ ਕਰਕੇ ਖੜੇ ਹੋ ਗਏ। ਹੁਣ ਮੈਂ ਕੁਰਾਨ ਪੜ੍ਹਾਂ, ਚਲੋ ਤੁਹਾਡੀ ਮੌਜ। ਅੱਲਾ ਨੇ ਫਰਮਾਇਆ ਵਾ ਮੈਂ ਯੁਅਜ਼ਿਮ ਸ਼ਾਇਰ ومبشرا ونذيرا لتؤمنوا بالله ورسوله وتعزروه وتوقروه وتسبحوه بكرة وأصيلا। ਸਭ ਤੋਂ ਵੱਡੀ ਨਿਸ਼ਾਨੀ ਤੇ ਫਿਰ ਮੇਰਾ ਮੁਸਤਫਾ ਹੀ ਹੈ। ਸਭ ਤੋਂ ਵੱਡੀ ਨਿਸ਼ਾਨੀ ਮੇਰਾ ਮੁਸਤਫਾ ਹੀ ਹੈ। ਫਰਮਾਇਆ ਲੈ ਤੋ ਮੈਨੂੰ ਮੇਰੇ ਪੀਰੇ ਬਾਹੂ ਐਵੇਂ ਲਈ ਫਰਮਾਇਆ ਬੇਅਦਬ ਕੀ ਜਾਨ ਇਸਾਰ ਅਦਬ ਦੀ ਤੇ ਗਏ ਅਦਬਾ ਥੀ ਇਹ ਵਾਂਜੇ ਖੂਨ ਜੜੇ ਮੁੱਢ ਕਦੀਮ ਦੇ ਖੇੜੇ ਆਹੀ ਉਹ ਕਦੀ ਨਾ ਥੀਂਦੇ ਰਾਂਝੇ ਖੂ ਜੜੇ ਮਿੱਟੀ ਦੇ ਭਾਂਡੇ ਆਹੀ ਉਹ ਕਦੀ ਨਾ ਥੀਂਦੇ ਕਾਂਝੇ ਖੂ ਜਿਨਾ ਇਸ਼ਕ ਹਜ਼ੂਰ ਨਹੀਂ ਮੰਗਿਆ ਮੇਰਾ ਕਾਮਿਲ ਬਾਹੋ ਉਹ ਗਏ ਤੂੰ ਵੀ ਜਖਾਨੀ ਵਾਂਜੇ। ਇਹ ਗਰਦਨ ਝੁਕਾ ਕੇ ਮਹਿਬੂਬ ਦੇ ਬੂਹੇ ਤੇ ਖਲੋਣਾ ਕੋ ਸਾਡੀ ਅੱਜ ਦੀ ਆਦਤ ਨਹੀਂ। ਦਲੀਲ ਗਈ ਦਿਲ ਵੱਲ, ਦਿਲ ਗਿਆ ਦਿਲ ਭਰ ਵੱਲ। ਜ਼ਰਾ ਤਵੱਜੋ ਤਵੱਜੋ, ਦਲੀਲ ਕਿੱਧਰ ਗਈ? ਦਿਲ ਵੱਲ। ਤੇ ਦਿਲ ਕਿੱਧਰ ਗਿਆ? ਦਿਲ ਭਰ ਵੱਲ। ਜਦੋਂ ਦਿਲ ਭਰ ਨੇ ਵੇਖੇ ਬਾਹਰ ਆ ਗਿਆ ਕੋਈ ਜੀ। ਸਰਕਾਰ ਨੇ ਇੰਜ ਕਰਕੇ ਚਿੰਬੇ ਸਿਰ ਬੂਹਾ ਖੋਲਿਆ, ਇੱਧਰ ਸਦਾਕਤ ਉੱਧਰ ਨਬੂਵਤ, ਉੱਧਰ ਨਬੂਵਤ ਇੱਧਰ ਸਦਾਕਤ, ਸਦਾਕਤ ਦੀ ਅੱਖ ਨਬੂਵਤ ਦੇ ਮੁੱਖ 'ਤੇ, ਨਬੂਵਤ ਦੀ ਅੱਖ ਸਦਾਕਤ ਦੇ ਮੁੱਖ 'ਤੇ। ਸਦਾਕਤ ਵੀ ਮੁਸਕਰਾ ਪਈ, ਨਬੂਵਤ ਵੀ ਮੁਸਕਰਾ ਪਈ। ਜਦੋਂ ਕਾਦਰ ਦੀ ਕੁਦਰਤ ਨੇ ਦੋਵਾਂ ਵੱਲੇ ਵੇਖਿਆ ਤੇ ਉਹ ਵੀ ਮੁਸਕਰਾ ਪਈ। ਜਦੋਂ ਕਾਦਰ ਦੀ ਕੁਦਰਤ ਨੇ ਦੋਵਾਂ ਵੱਲੇ ਵੇਖਿਆ। ਹੁਣ ਕੁਰਾਨ ਪੜ੍ਹਦੇ ਹਾਂ। ਇੱਧਰ ਗਏ ਅੱਲਾ ਫਰਮਾਇਆ ਵੱਲਾ ਦੀ ਜਿਹੜੀ ਸੱਚਾਈ ਲੈ ਕੇ ਆਈ ਇਮਾਨਦਾਰੀ ਨਾਲ ਦੋਸਤੋ ਆਸਤਾਨਾ ਪੀਰ ਸੈਯਦ ਹੁਸੈਨ ਸ਼ਾਹ ਤੇ ਬੈਠਣ ਵਾਲੇ ਹੋ ਜਰਾ ਗੌਰ ਕਰੋ। ਅੱਲਾ ਫਰਮਾਇਆ ਵਾਇਦ ਆਖਦ ਅੱਲਾਹ ਮੀਸਾਕ ਨਬੀਨਾ ਲਮਾਯਾ ਤੈਤੁਕਮ ਮਿਲ ਕਿਤਾਬਿਉ ਵਾ ਹਿਕਮਤਿਲ ਸੁਮਾ ਜਾਅਕੁਮ ਰਸੂਲੁਮ ਮੁਸੱਦਿਕੁਲ ਲਿਮਾ ਮਾਕੁਮ। ਫਰਮਾਇਆ ਸੋਹਣਿਆ ਨਬੀਆਂ ਦੀ ਤਸਦੀਕ ਤੁਸੀਂ ਕਰੋ, ਮੁਸੱਦਕ ਤੁਹਾਨੂੰ ਬਣਾਉਣਾ, ਜਿਹੜਾ ਮੁਸੱਦਕ ਦੀ ਤਸਦੀਕ ਕਰੇ ਉਹਨੂੰ ਮੈਂ ਸਿੱਦੀਕ। ਫਰਮਾਇਆ ਜਿਹੜਾ ਮੁਸੱਦਕ ਦੀ ਤਸਦੀਕ ਕਰੇ ਉਹਨੂੰ ਮੈਂ ਸਦੀਕ ਬਣਾਉਂਗਾ, ਹੈ ਨਾ। ਹੁਣ ਸਦੀਕ ਅਕਬਰ ਅੰਦਰ ਦਾਖਲ ਹੋਏ ਨਾ, ਸਰਕਾਰ ਨੇ ਇੰਜ ਬੂਹਾ ਖੋਲਿਆ।
ਮੈਂ ਅਬੂ ਬਕਰ ਖੈਰ ਨਾ ਲਾਈ, ਅਰਜ਼ ਕੀਤੀ ਆਕਾ ਹੱਥ ਕਰੋ ਹੱਥ ਕਰੋ। ਆਪ ਨੇ ਫਰਮਾਇਆ ਅਬੂ ਬਕਰ ਕਲਮਾ ਤੇ ਲੱਗਿਆ ਪੜ੍ਹਨ, ਇਹ ਕੁਫਰਸਤਾਨ ਹੈ, ਜੇ ਲੋਕਾਂ ਤੈਨੂੰ ਪੁੱਛਿਆ ਕੀ ਵੇਖ ਕੇ ਪੜ੍ਹੇ ਤੇ ਫਿਰ? ਅਰਜ਼ ਕੀਤੀ ਆਕਾ ਮੈਂ ਕੋ ਕੱਚਾ ਵਾਂ, ਅਰਜ਼ ਕੀਤੀ ਆਖਾ ਮੈਂ ਕੋਈ ਕੱਚਾ ਵਾਂ, ਮੈਂ ਯਮਨ ਚ ਤੁਹਾਡੇ ਚਰਚੇ ਵੇਖ ਕੇ ਆਇਆ, ਮੈਂ ਸ਼ਾਮ ਵਿੱਚ ਤੁਹਾਡੇ ਚਰਚੇ ਵੇਖ ਕੇ ਆਇਆ, ਮੈਂ ਦਰਖਤਾਂ ਕੋਲ ਤੁਹਾਡੀਆਂ ਗੱਲਾਂ ਸੁਣੀਆਂ। ਕਮਲੀ ਵਾਲਿਆ ਮੈਂ ਏਡਾ ਕੱਚਾ ਤੇ ਨਹੀਂ। ਅੱਛਾ ਹਜ਼ੂਰ ਮੁਸਕਰਾ ਕੇ ਫਰਮਾਇਆ ਕੁਝ ਮੰਗ ਹੀ ਲੈ ਫਿਰ। ਹੁਣ ਇਸ਼ਕ ਨੂੰ ਖਿਆਲ ਆ ਗਿਆ ਹੁਸਨ ਦਾ ਬੇਤਾਜ ਬਾਦਸ਼ਾਹ ਹੈ, ਹੁਸਨ ਦੀ ਮੰਡੀ ਵਿੱਚ ਖਲੋ ਕੇ ਆਪੇ ਹੀ ਆਉਂਦਾ ਕੁਝ ਲੀਲਾ ਕੁਝ ਲੀਲਾ ਕੁਝ ਲੀਲਾ। ਮੈਂ ਸਾਦੀਆਂ ਦੀਆਂ ਗੱਲਾਂ ਮੈਂ ਕਰ ਲਾ ਵੀ ਹੁਸਨ ਦੀ ਮੰਡੀ ਵਿੱਚ ਖਲੋ ਕੇ ਮਹਬੂਬ ਹੁਸੀਨਾ ਦਾ ਬੇਤਾਜ ਬਾਦਸ਼ਾਹ ਹੋ ਕੇ ਆਪ ਸਰਕਾਰ ਪੇ ਫਰਮਾਉਂਦੇ ਕੁਝ ਮੰਗ ਲੈ ਕੁਝ ਮੰਗ ਲੈ ਕੁਝ ਮੰਗ ਲੈ। ਅਬੂ ਬਕਰ ਸੋਚਿਆ ਜੇ ਕੁੱਲੀ ਮੰਗਾ ਉਹ ਵੀ ਗਈ, ਜੁੱਲੀ ਮੰਗਾ ਉਹ ਵੀ ਗਈ, ਮਾਲ ਮੰਗਾ ਉਹ ਵੀ ਗਈ। ਅਰਜ਼ ਕੀਤੀ ਆਖਾ ਫਿਰ ਮੰਗ ਲਾਂ ਵੇ। ਹੁਣ ਇਸ਼ਕ ਹੁਸਨ ਦੇ ਬੂਵੇ ਤੋਂ ਖਰਾਇਤ ਕਿਹੜੀ ਮੰਗਦਾ ਹੈਨਾ, ਖਰਾਇਤ ਕਿਹੜੀ ਮੰਗਦਾ ਪਿਆ? ਅਰਜ਼ ਕੀਤੀ ਯਾ ਰਸੂਲ ਅੱਲਾ ਫਿਰ ਇੱਕੋ ਹੀ ਗੱਲ ਹੈ, ਜਿੱਧਰ ਦੇਖੂੰ ਜਿਸੇ ਦੇਖੂੰ ਤੁਝੇ ਦੇਖੂੰ ਤੁਝੇ ਦੇਖੂੰ, ਜਿੱਧਰ ਦੇਖੂੰ ਜਿਸੇ ਦੇਖੂੰ ਤੁਝੇ ਦੇਖੂੰ ਤੁਝੇ ਦੇਖੂੰ, ਤੂੰ ਮੇਰੀ ਆਂਖ ਕੀ ਤੂੰ ਮੇਰੀ ਆਂਖ ਕੀ ਪੁਤਲੀ ਮੈਨੂੰ ਤਹਿਰੀਰ ਹੋ ਜਾ। ਰਸੂਲ ਅੱਲਾ ਸੱਲੱਲਾਹੁ ਅਲੈਹਿ ਵਸੱਲਮ, ਹਾਂ ਜਦੋਂ ਮੈਂ ਅੱਖ ਖੋਲਾਂ ਤੇ ਤੁਹਾਨੂੰ ਵੇਖਾਂ, ਜਦੋਂ ਬੰਦ ਕਰਾਂ ਤੇ ਐ ਇਸ਼ਕ ਦੀ ਮੰਜ਼ਲ, ਐ ਕੀ ਹੈ ਇਸ਼ਕ ਦੀ ਮੰਜ਼ਲ। ਹਜ਼ਰਤ ਅਬੂ ਬਕਰ ਮੱਕੇ ਦੇ ਚੌਕ ਵਿੱਚ ਕਲਮਾ ਪੜ ਕੇ ਖੜੇ ਹੋ ਗਏ, ਇਮਾਨਦਾਰੀ ਨੇ ਦੱਸ ਸਦੀਕ ਨਾਲ ਵੱਡਾ ਕੌਣ ਮੁਅੱਦਾ ਸੀ? ਸਦੀਕ ਨਾਲ ਵੱਡਾ ਕੌਣ ਮੁਅੱਦਾ ਸੀ ਜਿਹੜਾ ਕਾਲ ਵਿੱਚ ਹਾਲ ਵਿੱਚ ਰੰਗ ਵਿੱਚ ਢੰਗ ਵਿੱਚ ਬਚਪਨ ਵਿੱਚ ਲੜਕਪਨ ਵਿੱਚ ਜਵਾਨੀ ਵਿੱਚ ਹਜ਼ੂਰ ਦੇ ਨਾਲ ਰਹਿੰਦਾ ਰਿਹਾ, ਉਹਨੂੰ ਨਹੀਂ ਕੁਛ ਹੈ ਨਬੀ ਜੀ ਨਜ਼ਰ ਆਈ? ਬੋਲੋ ਤੁਸੀਂ, ਉਹਨੂੰ ਨਹੀਂ ਕੁਛ ਹੈ ਨਬੀ ਚ ਨਜ਼ਰ ਆਈ? ਉਹਨੂੰ ਇੱਕ ਸ਼ੈ ਨਜ਼ਰ ਆਈ, ਸਭ ਸੋਹਣਿਆ ਤੋਂ ਸੋਹਣਾ ਏ ਚਿਹਰਾ ਹਜ਼ੂਰ ਦਾ, ਸਭ ਸੋਹਣਿਆ ਤੋਂ ਸੋਹਣਾ ਏ ਚਿਹਰਾ ਹਜ਼ੂਰ ਦਾ, ਤੱਕਿਆ ਨਸੀਬਾਂ ਵਾਲਿਆ ਜਲਵਾ ਹਜ਼ੂਰ ਦਾ, ਤੱਕਿਆ ਨਸੀਬਾਂ ਵਾਲਿਆ ਜਲਵਾ ਹਜ਼ੂਰ ਦਾ। ਹਜ਼ਰਤ ਅਬੂ ਬਕਰ ਜਿਹੜੇ ਵੇਲੇ ਚੌਂਕ ਵਿੱਚ ਖਲੋ ਕੇ ਸਰਕਾਰ ਦਾ ਜ਼ਿਕਰ ਕਰਦੇ ਨੇ, ਹਜ਼ਰਤ ਬਿਲਾਲੇ ਅਬਸ਼ੀ ਫਰਮਾਉਂਦੇ ਨੇ ਮੈਂ ਉਮਈਆ ਦੀ ਨੌਕਰੀ ਵਿੱਚ ਸਾਂ ਉਸ ਵੇਲੇ, ਅਤੇ ਮੇਰੀ ਬੁੱਤਾਂ 'ਤੇ ਡਿਊਟੀ ਲੱਗੀ ਸੀ, ਬੁੱਤਾਂ 'ਤੇ ਤੰਗ ਮੈਂ ਬੜਾ ਸਾਂ, ਬੁੱਤਾਂ 'ਤੇ ਮੇਰੀ ਡਿਊਟੀ ਲੱਗੀ ਸੀ, ਅਤੇ ਮੈਂ ਆਖਿਆ ਮੱਕੇ ਦੇ ਚੌਕ ਵਿੱਚ ਪਤਾ ਨਹੀਂ ਰਸ਼ ਕਾਹਦਾ। ਮੈਂ ਜਦੋਂ ਅਗਾਂਹ ਹੋ ਕੇ ਵੇਖਿਆ ਨਾ ਅਤੇ ਸਦੀਕ ਹਜ਼ੂਰ ਦਾ ਜ਼ਿਕਰ ਪਿਆ ਕਰੇ, ਆਸ਼ਕੋ ਲੱਭ ਹੋਣ ਸਦੀਕ ਦੇ ਜ਼ਿਕਰ ਹੋਵੇ ਨਬੂਵਤ ਦਾ, ਤੇ ਫਿਰ ਉਹ ਕਿੰਨਾ ਹੁਸੀਨ ਸੂਫੀ ਜੀ ਜ਼ਿਕਰ ਹੋਵੇਗਾ। ਬਿਲਾਲ ਕਹਿੰਦੇ ਨੇ ਖਲੋਤਿਆਂ ਖਲੋਤਿਆਂ ਨਾ ਅੰਦਰੋਂ ਆਵਾਜ਼ ਆਈ, ਕਲਮਾ ਪੜ੍ਹ ਲੈ। ਕੀ ਆਵਾਜ਼ ਆਈ? ਕਲਮਾ ਪੜ੍ਹ ਲੈ। ਬਿਲਾਲ ਕਲਮਾ ਪੜ੍ਹ ਕੇ ਟੁਰ ਗਿਆ। ਉਮਈਆ ਸਵੇਰੇ ਸਵੇਰੇ ਆਇਆ ਤੇ ਬਿਲਾਲ ਮਈਆ ਨੇ ਆਖਿਆ ਸਾਡੇ ਘਰ ਸਨ ਲੱਗ ਗਏ, ਆ ਕੀ ਹੋ ਗਿਆ? ਨਵੇਂ ਕੰਮ, ਉਹਦਾ ਨਕਸ਼ਾ ਕੁਰਾਨ ਨੇ ਕਿਵੇਂ ਬਿਆਨ ਫਰਮਾਇਆ ਜਬਰਾਨ ਭਾਈ? ਅੱਲਾ ਨੇ ਫਰਮਾਇਆ ਵਸਾਬਿਕੂਨਾ ਅਲਅਵਲੂਨਾ ਮਿਨਲ ਮੁਹਾਜਰੀਨਾ ਵਲ ਅਨਸਾਰ ਵੱਲ
منعوهم بإحسان رضي الله عنه وردوهم وعد لهم جنات تجري تحتها الأنهار خالدين فيها أبدا ذلك الفوز العظيم. پروردگار نے فرمایا او لوگ جڑے ایمان وچ سبقت لے گئے مہاجراں وچوں انصاراں وچوں فرمایا والذین اتبعوہم فرمایا جنہ لوگاں نے انہاں دی پیروی کر لئی فرمایا میں اللہ فرماندا ہے میں انہاں تے راضی ہاں او میرے تے. اللہ کیڑی سونی گل ہے ہر بندے دی کشش ویلے وے کہ اللہ راضی ہو جائے. میں پوچھا ربا انہیں فرمایا بے نیاز میری مرضی راضی ہو یا اللہ کسی تے راضی ہے کہ نہیں ہے. فرمایا جنہ نینا نے محمد دا مکھ ویکھ کے عشق کما لیا میں انہاں تے راضی ہوں میں انہاں تے راضی ہاں. اللہ حضرت نے نہیں فرمایا خدا کی رضا چاہتے ہیں دو عالم خدا کی رضا چاہتے ہیں دو عالم خدا کی رضا چاہتے ہیں دو عالم اور خدا چاہتا ہے رضا محمد خدا چاہتا ہے رضا محمد اجابت کا سیرا عنایت کا جوڑا. اعلیٰ حضرت کتنا حسین موقف ہے آپ فرماندے نے ساڈے ہاتھ اٹھن تے اودی مرضی ہے تھلے کرا لے تے محبوب دے ہاتھ اٹھن تے رب آندا محبوبا کوئی ہے نہیں ہاتھ جنہاں نوں میں ویناں اے تواڈے ہی نے منگو منگو تے صحیح ذرا. اعلیٰ حضرت فرماندے نے اجابت کا سیرا عنایت کا جوڑا اجابت کا سیرا عنایت کا جوڑا دلن بن کے نکلی دعائے محمد دلن بن کے نکلی دعا محمد. حضرت بلال حبشی اج عاشقاں دا جڑا سردار ہے نا او دا میں ذکر چھیڑ لگا. سبحان اللہ تھک تے نہیں گئے ہاتھ کھڑے کرو ہوں والا جڑے اکے پتہ تھے لگے نا جی اکیا بندہ نہ ہاں کردا نہ نہ کردا کیوں جی جزاک اللہ کا مطلب چیتی چھڑ دیا. میں ہسان واسطے نہیں آیا بات سنو ہوں میں عاشقاں دے سردار دا ذکر چھیڑن لگا وا اچھی کہو ذرا سبحان اللہ. عاشقاں دے سردار دا ذکر حضرت سیدنا بلال حبشی فرمان لے جڑے ویلے میں چلا گیا امیہ دی نوکری وچاں امیہ دی نوکری وچاں مٹی کا ہوں میں پیالہ عشق کے بازار میں مٹی کا ہوں میں پیالہ عشق کے بازار میں مٹی کا ہوں میں بازار میں آ گیا ہوں میں پسند دم نگاہ یا نعرہ تکبیر نعرہ رسالت نعرہ تحقیق نعرہ حیدری. امیہ نے جدو ویکھیا نا تے کہن لگا او بلال تینوں کی ہو گیا چودھری جی پر آخیا چودھری جی اس آخیا نوکر بھی تو سڈا ہی ہے
ਸਕੇ ਕੋਈ ਸ਼ੱਕ ਨਹੀਂ ਕੀ ਹੋਇਆ ਤੈਨੂੰ ਸਕੇ ਹੋਇਆ ਹੀ ਤੇ ਹੋਣੇ ਕੁਝ ਓਏ ਹੋਇਆ ਕੀ ਆ ਸਕੇ ਹੋਣੀ ਤੇ ਅੱਖ ਖੁੱਲੀ ਕਹਿਣ ਲੱਗਾ ਤੂੰ ਸਾਡੇ ਘਰ ਹੀ ਪਲਿਆ ਜਵਾਨ ਹੋਇਆ ਤੇ ਸਾਡੇ ਨਾਲ ਹੀ ਅੱਖਾਂ ਕੱਢਣ ਲੱਗ ਪਿਆ ਬਿਲਾਲ ਨੇ ਕਿਹਾ ਮਈਆ ਉੱਥੇ ਹੋ ਕੇ ਬਹਿ ਜਾ ਨੌਕਰ ਤੇਰਾਵਾਂ ਗੁਲਾਮ ਮੁਹੰਮਦ ਦਾ ਹੋ ਗਿਆ ਉਹਨੇ ਆਖਿਆ ਫਿਰ ਤਿਆਰੀ ਕਰ ਲੈ ਬਿਲਾਲ ਕਹਿੰਦੇ ਨੇ ਇਕੱਲਾ ਬੈਠਾ ਸਾਂ ਕੰਨ ਵਿੱਚ ਆਵਾਜ਼ ਆਈ ਤਿਆਰ ਹੈ ਮੈਂ ਸੱਜੇ ਖੇਪੇ ਵੇਖਿਆ ਤੂੰ ਕੌਣ ਇਹ ਮੈਨੂੰ ਇਸ਼ਕ ਆਉਂਦੇ ਨੇ ਬਿਲਾਲ ਨੇ ਬਿਲਾਲ ਨੂੰ ਕਹਿੰਦਾ ਤਿਆਰ ਹੈ ਫਰਮਾਇਆ ਤੂੰ ਕੌਣ ਹੈ ਦੇਖੇ ਮੈਂ ਇਸ਼ਕ ਸਕੇ ਜਮ ਜਮ ਆ ਹਜ਼ਰਤ ਇਬਰਾਹਿਮ ਜੀ ਅੱਗਾਂ ਚ ਛਾਲਾ ਮਾਰ ਸਕਦੇ ਅਸੀਂ ਵੀ ਜਦੋਂ ਟੁਰੋ ਜ਼ਮੀਨ ਤੇ ਤਾਂ ਨਜ਼ਰ ਨੀਵੀਂ ਰੱਖਿਆ ਕਰ ਇਮਾਨਦਾਰੋ ਕਿਉਂ ਇਹ ਤੁਹਾਡੀ ਮਾਂ ਹੈ ਇਹਦੇ ਵਿੱਚ ਤੁਸਾਂ ਜਾਣਾ ਹੈ ਮੀਆਂ ਮੁਹੰਮਦ ਬਖਸ਼ ਸਾਹਿਬ ਐਵੇਂ ਨਹੀਂ ਫਰਮਾਇਆ ਕਿ ਇਨਸਾਨ ਕਦੀ ਆਪਣੀ ਤਖਲੀਕ ਦਾ ਹਿੱਸਾ ਸੋਚਿਆ ਕਦੀ ਧਿਆਨ ਕੀਤਾ ਹੀ ਕਿ ਮੈਂ ਕਿੱਥੋਂ ਪੈਦਾ ਹੋਇਆ ਅੱਲਾ ਫਰਮਾਉਂਦਾ ਮੈਂ ਤੈਨੂੰ ਮਿੱਟੀ ਚੋਂ ਪੈਦਾ ਕੀਤਾ ਫਿਰ ਮੈਂ ਤੈਨੂੰ ਮਿੱਟੀ ਵਿੱਚ ਖੜਾਂਗਾ ਫਿਰ ਮੈਂ ਮਿੱਟੀ ਵਿੱਚੋਂ ਤੈਨੂੰ ਕੱਢਾਂਗਾ ਹਨਾ ਤੇ ਸਾਰੀ ਜ਼ਿੰਦਗੀ ਤੂੰ ਮਿੱਟੀ ਛਾਣਦਾ ਛਾਣਦਾ ਮਿੱਟੀ ਹੋ ਜਾਏਗਾ ਇਹੋ ਹੀ ਵਜ੍ਹਾ ਕਿ ਅੱਲਾ ਵਾਲਿਆਂ ਨੂੰ ਇਸ਼ਕੇ ਰਸੂਲ ਦੀ ਮਿੱਟੀ ਵਿੱਚ ਗੋ ਕੇ ਲੈ ਜਾਂਦੇ ਨੇ ਤੇ ਫਰਮਾਉਂਦੇ ਨੇ ਮੀਆਂ ਮੁਹੰਮਦ ਬਖਸ਼ ਸਾਹਿਬ ਫਰਮਾਉਂਦੇ ਨੇ ਅੱਲਾ ਦੇ ਬੰਦੇ ਅਗਰ ਤੂੰ ਇਸ ਮਿੱਟੀ ਨੂੰ ਇਸ਼ਕੇ ਰਸੂਲ ਦੀ ਮਿੱਟੀ ਵਿੱਚ ਗੋ ਕੇ ਲੈ ਗਏ ਹੋ ਨਾ ਤੇ ਫਿਰ ਹੇਠਲੀ ਮਿੱਟੀ ਨੇ ਤੈਨੂੰ ਕੀ ਕਹਿਣਾ ਹੋਵੇ ਤੈਨੂੰ ਕੁਛ ਨਹੀਂ ਕਹਿਣਾ ਤੈਨੂੰ ਹੇਠਲੀ ਮਿੱਟੀ ਤੈਨੂੰ ਕੁਛ ਨਹੀਂ ਕਹਿਣ ਲੱਗੀ ਇਸ ਵਾਸਤੇ ਮੇਰੇ ਦੋਸਤ ਬਿਲਾਲ ਅਬਸ਼ੀ ਫਰਮਾਉਂਦੇ ਮੈਂ ਸਰਕਾਰ ਨੂੰ ਵੇਖਿਆ ਹਜ਼ੂਰ ਲਈ ਸਲਾਤੋ ਵਸਲਾਮ ਮੱਕਾ ਪਾਕ ਦੇ ਬਾਜ਼ਾਰ ਵਿੱਚ ਆ ਰਹੇ ਨੇ ਇਧਰੋਂ ਮੈਂ ਆ ਰਿਹਾ ਇੱਕ ਮਾਹ ਮਦਨ ਗੋਰਾ ਸਾ ਬਦਨ ਨੀਚੀ ਨਜ਼ਰੇ ਕੁਲ ਕੀ ਖਬਰ ਤਾਜਦਾਰੇ ਬਤਾ ਸੱਲੱਲਾ ਅਲੈ ਵਸੱਲਮ ਇੱਕ ਮਾਹੇ ਮਦਨ ਗੋਰਾ ਸਾ ਬਦਨ ਨੀਚੀ ਨਜ਼ਰੇ ਕੁਲ ਕੀ ਖਬਰੇ ਦਿਖਲਾ ਕੇ ਫਬਲ ਵੋ ਸੁਣਾ ਕੇ ਸੁਖਲ ਮੋਰਾ ਜੀਤ ਲਿਆ ਸਭ ਤਨ ਮਨ ਧਨ ਹਜ਼ਰਤ ਬਿਲਾਲ ਅਬਸ਼ੀ ਰਜ਼ੀ ਅੱਲਾਹ ਤਾਲਾ ਨੂੰ ਫਰਮਾਨ ਲੈ ਮੈਂ ਸਰਕਾਰ ਨੂੰ ਜਿਹੜੇ ਵੇਲੇ ਵੇਖਿਆ ਮੇਰੇ ਦਿਲ ਵਿੱਚ ਹੂਕ ਉੱਠੀ ਨੌਕਰ ਮਈਆ ਦਾ ਦਰੂਰੇ ਪਰ ਆਕਾ ਮੰਨਣਾ ਹੀ ਤੇ ਇਹਨੂੰ ਹਜ਼ਰਤ ਬਿਲਾਲ ਅਬਸ਼ੀ ਰਜ਼ੀ ਅੱਲਾਹ ਤਾਲਾ ਨੂੰ ਫਰਮਾਉਂਦੇ ਨੇ ਉਮਈਆ ਨੇ ਫਿਰ ਬੜੀਆਂ ਬੜੀਆਂ ਤਕਲੀਫਾਂ ਦਿੱਤੀਆਂ ਮੈਨੂੰ ਲੇਕਿਨ ਮੈਂ ਉਹਦੀ ਕਿਸੇ ਤਕਲੀਫ ਦਾ ਵੀ ਖਿਆਲ ਨਹੀਂ ਕੀਤਾ ਉਹਨੇ ਅਗਰ ਮੈਂ ਤਕਲੀਫਾਂ ਦੀ ਫਰਿਸ਼ਤ ਖੋਲਾਂ ਸੀਰਤ ਦੇ ਬਾਬ ਵਿੱਚ ਤੇ ਬੜੀਆਂ ਨੇ ਫਿਰ ਕਹਿਣ ਲੱਗਾ ਕਿ ਇਹਨੂੰ ਮੈਂ ਕੈਦੀ ਨਾ ਕਰ ਦਿਆਂ ਇੱਕ ਅੰਧੇਰੀ ਕੋਠੜੀ ਦੇ ਅੰਦਰ ਜਿਹੜੇ ਵੇਲੇ ਬੰਦ ਕੀਤਾ ਨਾ ਤੇ ਜੱਲਾਦ ਨੂੰ ਕਹਿਣ ਲੱਗਾ ਇਹਨੂੰ ਰੋਜ਼ ਗੋੜੇ ਮਾਰਿਆ ਕਰ ਮੁਸਲਮਾਨੋ ਸੈਯਦ ਦੇ ਆਸਥਾਨੇ ਤੇ ਬੈਠਣ ਵਾਲੇ ਹੋ ਸਾਨੂੰ ਤੇ ਸਸਤਾ ਕਲਮਾ ਲੱਭਾ ਬੜਾ ਸੌਖਾ ਕਲਮਾ ਲੱਭਾ ਜੰਮਦਿਆਂ ਮੁਸਲਮਾਨਾਂ ਦੇ ਘਰ ਪੈਦਾ ਹੋ ਗਿਆ ਅਜ਼ਾਨ ਖਾਨ ਚ ਆ ਗਈ ਮਾਂ ਮੁਸਲਮਾਨ ਦੀ ਝੋਲੀ ਲੱਭ ਗਈ ਬਾਪ ਮੁਸਲਮਾਨ ਲੱਭ ਗਿਆ ਕਲਮੇ ਦੀ ਕਦਰ ਪੁੱਛਣੀ ਹੈ ਤੇ ਬਿਲਾਲ ਨੂੰ ਪੁੱਛ ਕਿਵੇਂ ਲੱਭਾ ਕਲਮੇ ਵਾਲਾ ਕਿਵੇਂ ਲੱਭਾ ਕਲਮਾ ਕਿਵੇਂ ਹਾਸਲ ਹੋਇਆ ਅਦਰ ਬਿਲਾਲ ਅਬਜੀ ਫਰਮਾਨੇ ਲੈ ਜਲਾ ਮਿਲੋਣਾ ਨੇਰੀ ਕੋਠੜੀ ਦੇ ਅੰਦਰ ਬੰਦ ਕਰ ਦਿੱਤਾ ਰੋਜ਼ ਜੱਲਾਦ ਘੋੜੇ ਮਾਰਦਾ ਹੈ ਰਾਵੀ ਲਿਖਦਾ ਬਿਲਾਲ ਇੱਕ ਦਿਨ ਵੀ ਨਹੀਂ ਰੋਇਆ ਨਾਲੇ ਬਿਲਾਲ ਘੋੜਾ ਖਾਂਦਾ ਨਾਲੇ ਹੱਸਦਾ ਜਨਾਬੇ ਜਬਰਾਨ ਅਫਜ਼ਲ ਸਾਹਿਬ ਬੜੇ ਆਰਾਮ ਨਾਲ ਜੱਲਾਦ ਨੇ ਇੱਕ ਦਿਨ ਘੋੜਾ ਥੱਲੇ ਰੱਖਿਆ ਰੱਖ ਕੇ ਕਹਿੰਦਾ ਬਿਲਾਲ ਤੇਰਾ ਵਜੂਦ ਕਾਹਦਾ ਹੈ
बिलाल ने फरमाया मैं खाका खाकियां आदम दी नसलां। उन्हें आख्या मैं तेनू मारिया रोना क्यों नहीं। उन्हें आख्या गल जो तू कोड़ा मारने पोजीशन लेना के नहीं लेंदा। उन्हें आख्या हां मैं पोजीशन लेना। बिलाल ने फरमाया जो तू कोड़ा मारने मैं अख बंद करके मुहम्मद का तसव्वुर कर लेना। मैनू पता ही सारिया प्यालिया मेनू दे जा। दरवेशो अल्लाह लियो ओ भाई ओ अल्लाह तुहाडी मोहब्बत सलामत रखे। ठहर जो शहीद नहीं हो चले बाबा जी बह जाओ प्यालियां लैके मैं पी के जावांगे। सारे छड़न नहीं लगे दरबार दा लंगर अंदर ते दिता ही जे ते लंगर भी देना ही जे। हाँ जी सारे दृश्य ध्यान ना लाओ एवं ए पल की गल है। पल की क्यों जी छड़े दा मैनू पता नहीं लगता। अबू बकर उमैया वालों लंघिया बिलाल मार खा रहे ने मार खांदे खांदे रोंदे नहीं बल्कि मुस्करा रहे ने। मैं रात बड़ी औखी कड्डी वड्डे वेले मैं गया नबी पाक दी बारगाह विच आका एक तुहाडे आशिक नूं मार पैंदी वेखीए। अलविदा आया तारीख दी बहुत बड़ी किताब है। मेरी सरकार ने अवैसी साहब हाथ जेब वाल कीता फरमाया ले अबू बकर मेरा हिस्सा पा ले आशिक नू मुल लाया ताकि लोगों नू पता लगे कयामत तक आशिकां नू खरीदना मुहम्मद आशिकां नू खरीदना। अबू बकर ते मुहम्मद सल्लल्लाहु अलैहि वसल्लम ने सुनना थे। अबू बकर गए उमैया को जाके कहन लगे यार उमैया तू किड्डा सियाणा है चंगा भला हो के बंदा ते बिलाल नूं इन्हें मारना क्यों है। उस आखिया तेनू किन्ने कहा मैं इंसान हाँ ए हुण भी कई साडे भरा है ने जिन्हां नूं कोई गल करी मैं कोई बंदा हाँ। मुसलमानों जरा सोचो तो सही नबी दी उम्मती हाँ नबी दे गुलाम हाँ। उन्हें आख्या तेनू किन्ने कहा मैं बंदा वा। उस आख्या पता मैनू भी है बंदे दे पुत्रां दा काम तेरे कोल कोई नहीं पर मैं तो तेनू इन्ना पूछा भी बंदा हो के इन्ना तो ना तंग कर उन्हू। वो बड़े आराम नाल कहिंदा अबू बकर सारा कसूर तेरा ही है ये ना तेरे कोल बहिंदा ना रंग लैंदा ये ना तेरे कोल बहिंदा ते ना रंग लैंदा। बड़े गुस्से च कहण लगा एडा सज्जना है ते मुल ले लै पर मैं गल करो की लैणी गल कर की लैणी। उन्हें आख्या गुलाम भी दे दे उहदे बच्चे भी दे दे उहदी बीवी भी दे दे पैसे भी दे दे। अबू बकर ने सारा कुछ दे के 400 वध दे दिता। उमैया कहण लगा मैं ते तेनू मक्के दा बड़ा वड्डा ताजर अकलमंद समझदा सां पर अज मेरे कागजां तों फेल हो गया। उन्हें आख्या कादा हो सके इहो जिहे सामले जे रंग दा इन्ना मुल पा छड़िए। हो सके राम ना बोए रंगां दा मुल नहीं हुंदा ओए ओ मुल तलब दा हुंदा। हुण तेनू की पता इहनू तलब किन्ने कर लिया तां मैं मुल क्यों मुल तो तलब का होंगे तेनू की पता इन तलब किन्ने कर लिया। अच्छा हजरत अबू बकर सारा कुछ दे के नेरी कोठरी च गए जो पैरां दी बाबा जी आवाज सुनी ना हजरत बिलाल ने समझिया कोड़ा मारन आ गया। सुनो आश को ईमान ताजा हो जाएगा सारे जरा प्यार नाल एक बार कह दे सुभान अल्लाह उची कह दे सुभान अल्लाह। पूरे मैं सवा घंटे बाद तुहानू हिलाया ये तो पहले नहीं मैं तुहानू छेड़िया। ओ जड़े वेले हजरत बिलाल अबशी फरमांदे ने पैरां दी आवाज आई मैं रोंगटे खड़े हो गए मैं समझिया जनाब जल्लाद आया मारन वास्ते। जनाबे कारी नासर महमूद चिश्ती साहब इंज करके बिलाल वल मुंह करके अबू बकर ने किया ए प्यारे बिलाल अज जल्लाद नहीं आया अज मुहम्मद दा पैगाम आया ई जल्लाद नहीं आया आज
ਅੱਜ ਮੁਹੰਮਦ ਦਾ ਪੈਗਾਮ ਆਇਆ ਹੈ। ਹੁਣ ਨਕਸ਼ਾ ਪੇਸ਼ ਕਰਾਂ ਚੱਠਾ ਸਾਹਿਬ, ਭਾਈ ਜੱਜਾ ਸਾਹਿਬ ਨਕਸ਼ਾ ਪੇਸ਼ ਕਰਾਂ। ਹਜ਼ਰਤ ਬਿਲਾਲ ਨੂੰ ਜਿਹੜੇ ਵੇਲੇ ਪੈਰਾਂ ਦੀ ਆਵਾਜ਼ ਆਈ ਤੇ ਉਧਰੋਂ ਆਵਾਜ਼ ਆਈ, ਅੱਜ ਜੱਲਾਦ ਨਹੀਂ ਆਇਆ, ਅੱਜ ਯਾਰ ਦਾ ਪੈਗਾਮ ਆਇਆ। ਬੜਾ ਐਸਾ ਬਿਲਾਲ ਰੋ ਕੇ ਕਹਿੰਦੇ ਨੇ, ਮੈਂ ਕੋ ਜੀ ਉਹ ਮੇਰਾ ਦਿਲ ਪਰ ਸੋਣਾ ਤੇ ਮੈਂ ਕੀ ਕਣ ਉਸ ਨੂੰ ਪਾਵਾਂਗੂ, ਵਿਹੜੇ ਮੇਰੇ ਉਹ ਵੜਦਾ ਨਹੀਂ, ਨੀ ਮੈਂ ਨੱਖ ਵਸੀਲੇ ਪਾਵਾਂਗੂ ਨਾ ਮੈਂ ਸੋਣੀ ਤੇ ਨਾ ਗੁਣ ਪੱਲੇ ਦੇਖੀ ਕਣ ਯਾਰ ਮਨਾਵਾ ਇਯੋ ਫਿਕਰ ਹਮੇਸ਼ਾ, ਰਾਜ਼ੀ ਮੇਰਾ ਕਾਮਿਲ ਬਾਹੂ ਮਤ ਰੋਂਦੇ ਆਈ ਨਾ। ਜਬ ਦੋਵੇਂ ਅਸਤੀਆਂ ਬਾਹਰ ਨਿਕਲੀਆਂ, ਹੁਕਮ ਹੋਇਆ ਜਬਰੀਲ ਥੱਲੇ ਵੇਖ, ਮਿਕਾਇਲ ਥੱਲੇ ਵੇਖ, ਇਸਰਾਫੀਲ ਦਰਦਾਈਲ ਇਜ਼ਰਾਈਲ ਥੱਲੇ ਵੇਖ, ਹਾਮਿਲਾ ਨੇ ਅਰਸ਼, ਹੂਰਾ ਨੇ ਬਹਿਸ਼ਤ, ਰਿਦਵਾ ਨੇ ਜੰਨਤ ਥੱਲੇ ਵੇਖ। ਯਾ ਅੱਲਾ ਖੈਰ ਹੈ, ਫਰਮਾਇਆ ਮੁਹੰਮਦ ਦੇ ਆਸ਼ਕਾਂ ਦੀ ਜੋੜੀ ਜਾ ਰਹੀ ਹੈ, ਮੁਸਤਫਾ ਅਲੈਹਿ ਸਲਾਤੁ ਵਸਲਾਮ ਦੇ ਆਸ਼ਕਾਂ ਦੀ। ਮੁਸਲਮਾਨੋ ਕਿਤਨਾ ਹੁਸੀਨ ਵਕਤ ਹੋਵੇਗਾ। ਬੜਾ ਸਾਹਿਬ ਅਬੂ ਬਕਰ ਤੇ ਬਿਲਾਲ ਜਦੋਂ ਦੋਵੇਂ ਗਏ ਨਾ, ਮੇਰੇ ਕਮਲੀ ਵਾਲੇ ਦੂਰੋਂ ਵੇਖਿਆ, ਮੇਰਾ ਕਮਲੀ ਵਾਲਾ ਉੱਠ ਕੇ ਖੜਾ ਹੋ ਗਿਆ। ਮੇਰਾ ਕਮਲੀ ਵਾਲਾ ਉੱਠ ਕੇ ਖੜਾ ਹੋ ਗਿਆ। ਜਿਹੜੇ ਵੇਲੇ ਸ਼ਾਹ ਜੀ ਖੜਾ ਹੋਇਆ ਕਿਬਲਾ, ਸਰਕਾਰ ਨੇ ਸੀਨੇ ਨਾਲ ਲਾ ਲਿਆ, ਬਿਲਾਲ ਦੀਆਂ ਚੀਖਾਂ ਨਿਕਲ ਗਈਆਂ। ਮੇਰੀ ਸਰਕਾਰ ਨੇ ਕੰਡ ਤੇ ਯਾਤਰਾ ਕੇ ਫਰਮਾਇਆ, ਬਿਲਾਲ ਨਾ ਰੋ, ਬਿਲਾਲ ਨਾ ਰੋਣ ਤੇ ਮਿਲ ਪਿਆ। ਬਿਲਾਲ ਅਰਜ ਕੀਤੀ, ਆਕਾ ਮੈਨੂੰ ਤੇਰੇ ਇਸ਼ਕ ਦੇ ਵਿਹੜੇ ਵਿੱਚ ਖਲੋ ਕੇ ਪਤਾ ਪਿਆ ਲੱਗਦਾ, ਇੱਥੇ ਮਿਲਿਆ ਵੀ ਰੋਣਾ ਹੀ ਪੈਣਾ, ਇੱਥੇ ਵਿਛੜੀ ਤੁਹਾਡੇ ਦਰਬਾਰ ਵਿੱਚ ਖਲੋ ਕੇ ਮੀਆਂ ਦਾ ਫਰਮਾਇਆ, ਜਿਸ ਤਨ ਅੰਦਰ ਇਸ਼ਕ ਰਚਿਆ ਦੇ ਕੋਲ ਬਿਲਾਲ ਆ ਗਏ। ਫਿਰ ਬਿਲਾਲ ਪਤਾ ਕੀ ਕਰਦੇ ਸਨ? ਆਂਦੇ ਸਨ, ਰੋਟੀ ਲੰਗਰੇ ਮੁਸਤਫਾ ਚੋ ਨਾ, ਰੋਟੀ ਲੰਗਰੇ ਸਦੀਕੀ ਚੋ ਖਾ ਛੱਡਦਾ ਸਾਂ ਤੇ ਅੱਖ ਜਮਾਲੇ ਮੁਹੰਮਦ ਦੀ ਤੇ ਰੱਖ ਛੱਡਦਾ ਸਾਂ, ਰੋਟੀ ਲੰਗਰੇ ਸਦੀਕੀ ਚੋ ਖਾ ਛੱਡਦਾ ਸਾਂ ਤੇ ਅੱਖ ਮੈਂ ਕਿੱਥੇ ਰੱਖਦਾ ਸਾਂ ਜਮਾਲੇ ਮੁਸਤਫਾ। ਹਜ਼ਰਤ ਖਬਾਬ ਬਿਨ ਅਰਤਿਕ, ਅਮਾਰ ਬਿਨ ਯਾਸਿਰ ਦੋ, ਹਜ਼ਰਤ ਬਿਲਾਲ ਅਬਸ਼ੀ ਤਿੰਨ, ਇਹ ਚਾਰ ਸਿਹਾਬਾ ਐਸੇ ਸਨ। ਨਾ ਜੇ ਨਮਾਜ਼ ਆਈਏ, ਨਾ ਜੇ ਚੱਠਾ ਸਾਹਿਬ ਰੋਜ਼ਾ ਆਇਆ, ਚੌਧਰੀ ਨਜ਼ਰ ਮੁਹੰਮਦ ਜੱਜਾ ਸਾਹਿਬ, ਨਾ ਜੇ ਜ਼ਕਾਤ ਦਾ ਹੁਕਮ ਆਇਆ, ਬਿਲਾਲ ਇਹ ਚਾਰੇ ਸਿਹਾਬੀ ਹਜ਼ੂਰ ਨੂੰ ਵਿਚਕਾਰ ਬਹਾ ਕੇ ਨਾ, ਬੜਾ ਸਾਹਿਬ ਅਤੇ ਇੰਝ ਬਹਾ ਕੇ ਨਾ, ਅਤੇ ਨਕਸ਼ਾ ਪੇਸ਼ ਕਰਦੇ ਹਾਂ। ਸੁਭਾਨ ਅੱਲਾਹ, ਨਾ ਬੋਲੋ ਤੁਹਾਡੀ ਮਰਜ਼ੀ। ਇੰਜੇ ਬਾ ਵਿਚਕਾਰ ਪਾ ਕੇ ਅਦੂਰ ਨੂੰ ਵੇਖਦੇ ਨੇ, ਇੱਕ ਦਿਨ ਕਾਫਰਾਂ ਨੇ ਵੇਖ ਕੇ ਆਖਿਆ, ਆ ਮੁਹੰਮਦ ਅਰਬੀ ਗਰੀਬ ਗੁਰਬਾ ਉੱਠਣ ਤੇ ਅਸੀਂ ਆਈਏ। ਅੱਲਾ ਫਰਮਾਇਆ ਜਬਰੀਲ ਦੌੜ ਕੇ ਜਾਈ, ਯਾਰ ਨੂੰ ਆਖੀ, ਵਲਾ ਤਤਰੋ ਦਿਲ ਲਜੀ ਨੇ ਯਾਦ ਹੁਣ ਰੱਬਹੁਮ ਬਿਲ ਗਦਾਤ ਵਲ ਅਸ਼ੀਏ ਯੁਰੀ ਦੂ ਨਵਜਹੁ ਮਬੂਬਾ, ਇਹਨਾਂ ਗਰੀਬਾਂ ਨੂੰ ਨਾ ਠਾਵੀ, ਇਹ ਤੁਹਾਡੇ ਚਿਹਰੇ 'ਚ ਮੈਨੂੰ ਹੀ ਵੇਖਣ ਆਉਂਦੇ ਜੀ, ਹੋਰ ਕੀ ਇਹਨਾਂ ਗਰੀਬਾਂ ਨੂੰ ਨਾ ਉਠਾਵੀ,
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ ਤੇ ਤੇਰੇ ਵਿੱਚੋਂ ਰੱਬ ਦਿਸਦਾ, ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ ਤੇ ਤੇਰੇ ਵਿੱਚੋਂ ਰੱਬ ਦਿਸਦਾ, ਜੀ ਕਰਦਾ ਮੈਂ ਤੈਨੂੰ ਵੇਖੀ ਜਾਵਾਂ। ਖੰਜੁਲਮਾਲ ਦੀ ਹਦੀਸ ਵੀ ਏ ਜਨਾਬ ਕਾਰੀ ਸਾਹਿਬ, ਖੰਜੁਲਮਾਲ ਦੀ ਹਦੀਸ ਫਰਮਾਇਆ, ਮਨ ਰਾਜਾ ਰਾਜ ਅੱਲਾ ਜਿੰਨੇ ਮੈਨੂੰ ਵੇਖਿਆ। ਹਜ਼ਰਤ ਬਿਲਾਲ ਹਬਸ਼ੀ ਫਰਮਾਉਂਦੇ ਨੇ ਮੱਕੀ ਜ਼ਿੰਦਗੀ ਗੁਜ਼ਰੀ, ਫਿਰ ਮੈਂ ਗਿਆ ਮਦੀਨੇ, ਮਦੀਨੇ ਦੀ ਜ਼ਿੰਦਗੀ ਆਈ ਤੇ ਫਿਰ ਮੇਰੀ ਅਜ਼ਾਨ ਦੀ ਡਿਊਟੀ ਲੱਗੀ। ਆਂਦੇ ਨੇ ਇੱਕ ਦਿਨ ਅਜ਼ਾਨ ਪੜ੍ਹ ਕੇ ਤੇ ਮੈਂ ਐਵੇਂ ਹੀ ਜ਼ਹਿਰਾ ਪਾਕ ਦੇ ਬੂਹੇ ਹੱਲ ਹੋਇਆ, ਮੈਨੂੰ ਉੱਥੇ ਰੋਣ ਦੀ ਆਵਾਜ਼ ਆਈ, ਜਿਹਨਾਂ ਸ਼ਹੀਦਾਂ ਦੀਆਂ ਨੌਕਰੀਆਂ ਦਿੱਤੀਆਂ ਨੇ ਉਹਨਾਂ ਨੂੰ ਪੁੱਛੋ, ਆਹ ਕਿੱਡੇ ਖੁਸ਼ ਨਸੀਬ ਲੋਕ ਨੇ ਜਿਹੜੇ ਸੱਯਦ ਦੇ ਬੂਹੇ ਤੇ ਬੈਠ ਕੇ ਨੌਕਰੀ ਦੇ ਰਹੇ ਨੇ। ਮੈਂ ਇਹਨਾਂ ਨੂੰ ਵੀ ਦਾਦੀ ਤਹਿਸੀਨ ਪੇਸ਼ ਕਰਨਾ, ਇਹ ਅੱਜ ਦੀ ਗੱਲ ਨਹੀਂ। ਹਜ਼ਰਤ ਬਿਲਾਲ ਫਰਮਾਉਂਦੇ ਨੇ ਮੈਂ ਜ਼ਹਿਰਾ ਪਾਕ ਦੇ ਬੂਹੇ 'ਚ ਰੋਣ ਦੀ ਆਵਾਜ਼ ਸੁਣੀ ਤੇ ਮੈਂ ਦਸਤਕ ਦਿੱਤੀ, ਕਨੀਜ਼ ਬੋਲੀ, ਕੌਣ? ਮੈਂ ਆਖਿਆ ਮੈਂ ਬਿਲਾਲ ਹਾਂ। ਕਨੀਜ਼ ਅੰਦਰ ਪਤਾ ਕਰ ਰੋਂਦਾ ਕੌਣ ਹੈ? ਉਹ ਸਖਾ ਜ਼ਹਿਰਾ ਪਾਕ ਚੱਕੀ ਪੀ ਪੀਂਦੀਆਂ ਨੇ, ਇਮਾਮੇ ਹਸਨ ਰੋਂਦੇ ਨੇ। ਫਿਰ ਉਹ ਕਨੀਜ਼ ਜਾ ਕੇ ਬਤੂਲ ਨੂੰ ਆਖੋ, ਬਾਹਰ ਬਿਲਾਲ ਖਲੋਤਾ ਨੌਕਰ, ਉਹ ਕਹਿੰਦਾ ਚੱਕੀ ਅੱਜ ਮੈਂ ਪੀਨਾ, ਤੁਸੀਂ ਸ਼ਹਿਜ਼ਾਦੇ ਨੂੰ ਚੁੱਪ ਕਰਾ ਲਵੋ। ਚੱਕੀ ਮੈਂ ਪੀਨਾ, ਤੁਸੀਂ ਅੱਜ ਸ਼ਹਿਜ਼ਾਦੇ ਨੂੰ ਚੁੱਪ ਕਰਾ ਲਓ। ਹਜ਼ਰਤ ਬਿਲਾਲੇ ਹਬਸ਼ੀ ਫਰਮਾਉਂਦੇ ਨੇ ਮੈਂ ਤੇ ਕਦੀ ਨਾ ਬੜੇ ਪਿਆਰ ਨਾਲ ਤੇ ਹਜ਼ਰਤ ਜੀ ਡੰਕੇ ਦੀ ਚੋਟ ਤੇ ਕਹਿਣਾ ਹੁੰਦਾ, ਸਦਾ ਤੇ ਇਜ਼ਾਮ ਗਿਲਾਨੀ ਬੈਠੇ ਨੇ, ਮੈਂ ਬੜੇ ਆਰਾਮ ਨਾਲ ਇਹ ਗੱਲ ਕਹਿਣਾ ਹੁੰਦਾ, ਜਿਹਨੇ ਸੈਯਦਾ ਪਾਕ ਦੇ ਬੂਹੇ ਦੀ ਚੱਕੀ ਪੀਠੀ ਏ, ਭੁੱਖਾ ਵੀ ਨਹੀਂ ਮਰਿਆ, ਮਰ ਕੇ ਵੀ ਨਹੀਂ ਮਰਿਆ। ਜਿਹਨੇ ਸੈਯਦਾ ਪਾਕ ਦੇ ਦਰਵਾਜ਼ੇ ਦੀ ਚੱਕੀ ਪੀਠੀ ਏ, ਉਹ ਭੁੱਖਾ ਵੀ ਨਹੀਂ ਮਰਿਆ ਤੇ ਮਰ ਕੇ ਵੀ ਨਹੀਂ ਮਰਿਆ। ਅੱਲਾਹੁ ਅਕਬਰ। ਹਜ਼ਰਤ ਬਿਲਾਲ ਅਬਜੀ ਫਰਮਾਉਂਦੇ ਨੇ ਮੈਂ ਜਿਹੜੇ ਵੇਲੇ ਆਖਿਆ, ਕਨੀਜ਼ ਨੇ ਜਾ ਕੇ ਅੰਦਰ ਪੈਗਾਮ ਦਿੱਤਾ, ਮੈਂ ਚੱਕੀ ਪੀਣ ਲੱਗ ਪਿਆ। ਚੱਕੀ ਪੀਂਦਿਆਂ ਪੀਂਦਿਆਂ ਚਿੱਟਾ ਦਿਨ ਚੜ ਗਿਆ, ਤਕਬੀਰ ਪੜ੍ਹਨੀ ਸੀ, ਸਰਕਾਰ ਨੇ ਫਰਮਾਇਆ ਪੜ੍ਹੋ, ਨਮਾਜ਼ ਤੇ ਪੜ੍ਹੀਏ। ਜਿਹੜੇ ਵੇਲੇ ਬਿਲਾਲ ਫਾਰਗ ਹੋ ਕੇ ਆਇਆ, ਫਰਮਾਇਆ ਬਿਲਾਲ ਕਿੱਥੇ ਗਿਆ ਹੋਇਆ ਸੈ? ਅਰਥ ਕੀਤੀਆ ਕਾਦਾਨ ਪੜ ਕੇ ਅਚਾਨਕ ਨਿਕਲਿਆ ਵਾ ਉਜਰੇ ਬਤੂਲ ਵੱਲ, ਮੈਨੂੰ ਰੋਣ ਦੀ ਆਵਾਜ਼ ਆਈ, ਇਹ ਬਰਦਾਸ਼ਤ ਨਹੀਂ ਹੋਇਆ। ਮੈਂ ਕੁੰਡਾ ਖੜਕਾ ਕੇ ਪੁੱਛਿਆ, ਇਮਾਮੇ ਅਸਰ ਰੋਂਦੇ ਸਨ, ਸੈਯਦਾ ਚੱਕੀ ਪੀ ਰਹੀਆਂ ਸਨ, ਕਬਲੀ ਵਾਲੇ ਆ ਮੈਂ ਤਾਰਾ ਦੇ ਬੂਹੇ ਤੇ ਚੱਕੀ ਪੀਂਦਾ ਰਿਹਾ ਵਾ, ਮੈਨੂੰ ਪਤਾ ਹੀ ਨਹੀਂ ਲੱਗਾ ਦਿਨ ਕਿਹੜੇ ਵੇਲੇ ਚੜ ਗਿਆ ਹੈ। ਮੇਰੀ ਸਰਕਾਰ ਗੁੱਸੇ ਵਿੱਚ ਨਹੀਂ ਆਏ, ਆਪਨੇ ਹੱਥ ਫੜ ਕੇ ਆਪਨੇ ਫਰਮਾਇਆ, ਸਿਆਪਾ ਜਾਣ ਦਿਓ ਮੇਰਾ ਬਿਲਾਲ ਕੌਣ ਹੈ, ਕਮਲੀ ਵਾਲਿਆ ਕੌਣ ਹੈ? ਫਰਮਾਇਆ ਬਿਲਾਲ ਨੂੰ ਮੁਹੰਮਦ ਦੇ ਘਰ ਦੀ ਵੀ ਨੌਕਰੀ ਮਿਲੀ, ਫਾਤਮਾ ਦੇ ਦਰ ਦੀ। ਕਿੱਡੀ ਅਜ਼ਮਤ ਵਾਲਾ ਬਿਲਾਲ ਹੈ ਕਿ ਮੁਹੰਮਦ ਦੇ ਘਰ ਦੀ ਵੀ, ਫਿਰ ਇਨਫਰਾਦੀ ਸ਼ਾਨ ਹੈ ਹਜ਼ਰਤ ਬਿਲਾਲ ਦੀ, ਹਰਮ ਦੀ ਚੂਹ ਵਿੱਚ ਖਲੋ ਕੇ ਨਬੀ ਨੇ ਹੱਥ ਫੜ ਕੇ ਫਰਮਾਇਆ, ਕਾਬੇ ਵਿੱਚ ਖਲੋ ਕੇ ਫਰਮਾਇਆ, ਸਾਰਾ ਜਹਾਨ ਮੇਰਾ ਗੁਲਾਮ ਹੈ, ਮੈਂ ਅੱਜ ਕਹਿਣਾ ਬਿਲਾਲ ਮੇਰਾ ਗੁਲਾਮ ਹੈ। ਤੇ ਜਦੋਂ ਆਇਆ ਮਦੀਨਾ ਤੇ ਮਦੀਨੇ ਦੇ ਹਜ਼ਰਤ ਬਿਲਾਲ ਹਬਸ਼ੀ ਰਜ਼ੀ ਅੱਲਾਹ ਤਾਲਾ ਨੂੰ ਹਜ਼ੂਰ ਦੇ ਪਰਦਾ ਕਰ ਜਾਣ ਤੋਂ ਬਾਅਦ ਹਜ਼ਰਤ ਬਿਲਾਲ ਦੀ ਹਾਲਤ ਹੋ ਗਈ ਸੀ, ਮਦੀਨੇ ਦੇ ਨਿੱਕੇ ਨਿੱਕੇ ਬਾਲਾਂ ਨੂੰ ਪੁੱਛਦੇ ਸਨ, ਤੁਸੀਂ ਮੇਰਾ ਮਹਿਬੂਬ ਨਹੀਂ ਵੇਖਿਆ? ਨਿੱਕੇ ਨਿੱਕੇ ਬਾਲਾਂ ਨੂੰ ਪੁੱਛਦੇ ਮੀਆਂ ਸਾਹਿਬ ਨੇ ਫਰਮਾਇਆ, ਫਜਰੀ ਵੇਲੇ ਬੋਲ ਨਿਕੋਲੇ ਆਏ ਜੀ ਮਸਾਬ, ਫਜਰੀ ਵੇਲੇ ਬੋਲ ਨਿਕੋਲੇ ਤੇ ਬੋਲ ਗਮਾਂ ਦੀ ਬੋਲੀ, ਨਾ ਬਸ ਤੇਰੇ ਨਾ ਮੇਰੇ ਤੇ ਲਿਖਿਆ ਪੈ ਗਿਆ ਚੋਲੀ। ਹਜ਼ਰਤ ਬਿਲਾਲ ਪਰਮਾਨੰਦ ਸਰਕਾਰ ਦੇ ਪਰਦਾ ਕਰ ਜਾਣ ਤੋਂ ਬਾਅਦ ਮੇਰੇ ਹਿਜਰ ਦੀ ਕਫੀਅਤ ਇਹ ਹੋ ਗਈ ਸੀ ਕਿ ਮੈਂ ਨਿੱਕੇ ਨਿੱਕੇ ਬਾਲਾਂ ਨੂੰ ਪੁੱਛਣਾ, ਤੁਸੀਂ ਮੇਰਾ ਮਹਿਬੂਬ ਨਹੀਂ ਵੇਖਿਆ? ਫਿਰ ਇੰਜ ਹੋਇਆ, ਹਜ਼ਰਤ ਬਿਲਾਲ ਇੱਕ ਦਿਨ ਅਬੂ ਬਕਰ ਨੂੰ ਕਹਿੰਦੇ ਨੇ, ਮੈਂ ਸ਼ਾਮ ਤੁਰ ਜਾਵਾਂ। ਅਬੂ ਬਕਰ ਚੁੱਪ। ਫਿਰ ਉਹਨੇ ਆਖਿਆ, ਅੱਛਾ ਮੈਂ ਹਲਬ ਟੁਰ ਜਾਵਾਂ। ਅਬੂ ਬਕਰ ਚੁੱਪ।
ਦੂਜੀ ਵਾਰੀ ਤੀਜੀ ਵਾਰੀ ਬਿਲਾਲ ਕਹਿੰਦਾ ਇਸ ਵਾਸਤੇ ਮੁੱਲ ਲਿਆ ਸੱਜ ਕੇ ਗਿਰਵੀ ਕਰਕੇ ਰੱਖ ਲਓ। ਉਸ ਵੇਲੇ ਅਬੂ ਬਕਰ ਦੀਆਂ ਅੱਖਾਂ 'ਚ ਜਬਰਾਨ ਬਾਈ ਆਂਸੂ ਆ ਗਏ। ਕਹਿਣ ਲੱਗੇ ਬਿਲਾਲ ਖੁਦਾ ਦੀ ਕਸਮ ਇਸ ਵਾਸਤੇ ਮੈਂ ਤੈਨੂੰ ਆਜ਼ਾਦ ਨਹੀਂ ਸੀ ਕਰਾਇਆ, ਹੁਣ ਮੈਂ ਤੈਨੂੰ ਛੁੱਟੀ ਇਸ ਵਾਸਤੇ ਨਹੀਂ ਦਿੰਦਾ ਵੀ ਸੋਹਣਾ ਟੁਰ ਗਿਆ, ਜਦੋਂ ਮੇਰਾ ਦਿਲ ਉਦਾਸ ਹੋਏਗਾ ਨਾ ਹਜ਼ੂਰ ਦੇ ਮੁਅੱਜ਼ਨ ਨੂੰ ਵੇਖ ਕੇ ਮੈਂ ਦਿਲ ਨੂੰ ਠੰਡ ਪਾ ਲਵਾਂ ਕਰਾਂਗਾ। ਮੈਂ ਇਸ ਵਾਸਤੇ ਨਹੀਂ ਗੱਲ ਹਜ਼ੂਰ ਦੇ ਮੁਅੱਜ਼ਨ ਨੂੰ ਵੇਖ ਕੇ ਮੇਰੇ ਦਿਲ ਨੂੰ ਸਕੂਨ ਹੋ ਜੇ ਕਰੇਗਾ। ਅਲਾ ਹਾਜ਼ਲ ਕਿਆਸ, ਵਕਤ ਗੁਜ਼ਰਦਾ ਗਿਆ। ਹਜ਼ਰਤ ਸੈਯਦਨਾ ਬਿਲਾਲ ਹਬਸ਼ੀ ਰਜ਼ੀ ਅੱਲਾਹੁ ਤਾਲਾ ਨੂੰ ਜਦੋਂ ਆਪ ਦੁਨੀਆ ਤੋਂ ਜਾਣ ਲੱਗੇ ਨਾ ਤੇ ਆਪ ਦੀ ਬੇਗਮ ਕੋਲ ਬੈਠ ਕੇ ਰੋ ਰਹੀ ਹੈ। ਉਹਨੇ ਪੁੱਛਿਆ ਬਿਲਾਲ ਨੇ ਕਿਉਂ ਰੋ ਰਹੀ ਹੈ? ਅਰਜ਼ ਕੀਤੀ ਮੇਰੇ ਜ਼ਿੰਦਗੀ ਦੇ ਸਾਥੀ, ਅਗਰ ਮੇਰਾ ਕੋਈ ਬੇਟਾ ਹੁੰਦਾ, ਮੇਰੀ ਕੋਈ ਬੇਟੀ ਹੁੰਦੀ, ਮੈਂ ਵੀ ਅੱਜ ਨਾ ਰੋਂਦੀ, ਮੈਨੂੰ ਅੰਮਾ ਕਹਿਣ ਵਾਲਾ ਹੁੰਦਾ। ਬੀਵੀ ਰੋ ਰਹੀ ਹੈ ਤੇ ਬਿਲਾਲ ਮੁਸਕਰਾ ਰਹੇ ਨੇ। ਬੀਵੀ ਰੋ ਰਹੀ ਹੈ ਤੇ ਹਜ਼ਰਤ ਬਿਲਾਲ ਮੁਸਕਰਾ ਰਹੇ ਨੇ। ਉਹ ਪੁੱਛਦੀ ਹੈ ਕਿ ਤੂੰ ਕਿਉਂ ਮੁਸਕਰਾ ਰਿਹਾ? ਉਹ ਸਖੇ ਮੁੱਦਤ ਹੋਈ ਹੈ ਸਰਕਾਰ ਨੂੰ ਦੁਨੀਆ ਤੋਂ ਗਿਆ, ਤੇ ਮੈਂ ਚਾਹੁੰਦਾ ਕਿ ਮੇਰੀ ਮੌਤ ਦਾ ਵਕਤ ਆ ਗਿਆ, ਮੈਂ ਕਬਰ 'ਚ ਜਾਵਾਂਗਾ, ਸਰਕਾਰ ਤਸ਼ਰੀਫ ਲਿਆਉਣਗੇ, ਸਰਕਾਰ ਤਸ਼ਰੀਫ ਲਿਆਉਣਗੇ ਤੇ ਮੈਂ ਉੱਠ ਕੇ ਸਰਕਾਰ ਨੂੰ ਕਲਾਵੇ 'ਚ ਲੈ ਲਾਂਗਾ। ਮੈਂ ਇਸ ਵਾਸਤੇ ਮੁਸਕਰਾਉਣਾ ਪਿਆ ਵੀ ਦੋਸਤੋ ਦੁਆ ਕਰਨਾ ਕਿ ਅੱਲਾਹ ਕਰੀਮ ਜਨਾਬੇ ਅਜ਼ਰ ਹੁਸੈਨ ਚੀਮਾ ਸਾਹਿਬ ਔਰ ਜਨਾਬੇ ਮੁਹੰਮਦ ਅਨਸਰ ਵੜਾਇਚ ਸਾਹਿਬ ਔਰ ਸਾਰੇ ਇਹਨਾਂ ਦੇ ਦੋਸਤ ਔਰ ਆਸਥਾਨੇ ਦੇ ਜਿਤਨੇ ਵੀ ਖਾਦਮ ਨੇ, ਅੱਲਾਹ ਇਹਨਾਂ ਦੀ ਸਾਰਿਆਂ ਦੀ ਜ਼ਿੰਦਗੀ ਦਰਾਜ਼ ਫਰਮਾਏ। ਅੱਜ ਆਪਣੇ ਦਿਲ ਨਾਲ ਐਦ ਕਰੋ, ਯਾ ਅੱਲਾਹ ਹਜ਼ੂਰ ਦਾ ਇਸ਼ਕ ਐਸਾ ਅਤਾ ਕਰ। ਇਹ ਕੱਲ ਦੀ ਬਾਤ ਹੈ, ਮੁਲਕ ਓ ਮਿਲਤ ਦਾ ਅਜ਼ੀਮ ਖਤੀਬ ਔਰ ਸਾਦਾਤ ਦੇ ਖਾਨਦਾਨ ਵਿੱਚ ਆਲਾ ਸ਼ਖਸ ਹਜ਼ਰਤ ਅਲਾਮਾ ਪੀਰ ਸੈਯਦ ਸ਼ਬੀਰ ਹੁਸੈਨ ਸ਼ਾਹ ਸਾਹਿਬ ਰਹਿਮਤੁਲਾ ਅਲੈ ਜਨਾਜ਼ਾ ਉੱਠਿਆ। 3 ਲੱਖ ਬੰਦਾ ਨਾ ਆਸ਼ਕ ਦਾ ਜਨਾਜ਼ਾ ਜਾ ਰਿਹਾ ਔਰ ਕੱਲ੍ਹ ਸਾਰਾ ਦਿਨ ਮੈਂ ਹਾਜ਼ਰ ਰਿਹਾ ਗੁਲਖਾਨੀ 'ਚ, ਆਪਣੀਆਂ ਅੱਖਾਂ ਨਾਲ ਵੇਖਿਆ। ਤਹਤ ਦੇ ਨਿਗਾਹ ਦੁਨੀਆ ਜੀਓ ਤੋ ਐਸੇ ਜੀਓ ਕਿ ਹਰ ਸ਼ਖਸ ਇਹਤਰਾਮ ਕਰੇ, ਮਰੋ ਤੋ ਐਸੇ ਮਰੋ ਕਿ ਦੁਨੀਆ ਤੁਮੇ ਸਲਾਮ ਕਰੇ। ਦੁਆ ਕਰਨਾ ਅੱਲਾ ਇਸ ਆਸਥਾਨੇ ਨੂੰ ਵੀ ਕਾਇਮ ਰੱਖੇ, ਅੱਲਾ ਜਨਾਬ ਇਸ ਪਿੰਡ ਉੱਤੇ ਵੀ ਆਪਣਾ ਕਰਮ ਫਰਮਾਏ। ਹੁਣ ਮੇਰਾ ਖਿਆਲ ਉੱਠ ਕੇ ਖੜੇ ਹੋ ਜਾਓ, ਮੇਰੀ ਆਵਾਜ਼ ਦੇ ਅੰਦਰ ਆਡੀਓ ਰਸੀਡੀਏ, ਸਲਾਮ ਦੇ ਇੱਕ ਦੋ ਸ਼ੇਰ ਪੜ੍ਹ ਲਓ ਦੁਆ, ਅਤੇ ਫਿਰ ਇਹਨਾਂ ਨੂੰ ਪਿਆਲੀਆਂ ਦੇ ਦਿਓ। ਵਮਾ ਅਲੈਯਾ ਇਲਲਲ ਬਲਾਗ ਮੁਸਤਫਾ।